ਸਾਡਾ ਯੂਟਿਊਬ ਚੈਨਲ PSC ਪੰਜਾਬੀ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕੋਨ ਦਾ ਬਟਨ ਦਬਾਓ ਨਵੀਆਂ ਨਵੀਆਂ ਵੀਡੀਓ ਦੇਖਣ ਲਈ। ਧੰਨਵਾਦ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਦੇ ਵਿੱਚ ਪਿੰਡ ਕਾਕੜ ਕਲਾਂ ਜ਼ਿਲ੍ਹਾ ਜਲੰਧਰ ਅਤੇ ਵੱਖ ਵੱਖ ਪਿੰਡਾਂ ਦੇ ਵਿੱਚੋਂ ਆਈ ਹੋਈ ਸਮੂਹ ਸੰਗਤ ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਮਾਗਮ ਜਿਹੜਾ ਚੱਲ ਰਹੇ ਨੇ, ਇਹਨਾਂ ਦਿਨਾਂ ਦੇ ਵਿੱਚ ਤਾਂ ਅਸੀਂ ਵੀ ਸਰਹੰਦ ਤੋਂ, ਫਤਿਹਗੜ੍ਹ ਸਾਹਿਬ ਤੋਂ ਚੱਲ ਕੇ ਤੁਹਾਡੇ ਕੋਲ ਆਏ ਹਾਂ। ਚੰਗਾ ਲੱਗਦਾ ਕਿ ਜਦੋਂ ਇਸ ਤਰ੍ਹਾਂ ਦੀਆਂ ਵਿਚਾਰਾਂ ਨੇ ਜਿਹੜੀਆਂ ਹੁੰਦੀਆਂ, ਕਿਉਂਕਿ ਬਹੁਤ ਲੋੜ ਹੈ ਸਮੇਂ ਦੀ। ਅੱਜ ਜਿਸ ਤਰੀਕੇ ਨਾਲ ਸਾਨੂੰ ਉਲਝਾ ਦਿੱਤਾ ਗਿਆ ਅਤੇ ਉਸ ਉਲਝਣ ਤਾਣੀ ਦੇ ਵਿੱਚੋਂ ਨਿਕਲਣ ਲਈ, ਜਿਸ ਤਰ੍ਹਾਂ ਮੈਥੋਂ ਪਹਿਲਾਂ ਬੋਲਦੇ ਬੁਲਾਰੇ ਡਾਕਟਰ ਗੁਰਿੰਦਰ ਸਿੰਘ ਲੁਧਿਆਣਾ ਨੇ ਕਾਫੀ ਵਿਸਥਾਰ ਦੇ ਨਾਲ ਜਿਹੜਾ ਸਾਨੂੰ ਦੱਸਿਆ ਕਿ ਕਿਵੇਂ ਅਸੀਂ ਇਹ ਸਮਾਜ ਨੂੰ ਬਦਲਣਾ ਅਤੇ ਅਸੀਂ ਆਪਣੇ ਆਪ ਨੂੰ ਸਥਾਪਿਤ ਕਿਵੇਂ ਕਰਨਾ। ਪਰ ਬੜੇ ਦੁੱਖ ਦੀ ਗੱਲ ਹੈ ਕਿ ਮੈਂ ਸਰਹੰਦ ਤੋਂ ਆਇਆ, ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ, ਬੱਚੇ ਨੇ, ਉੱਥੇ ਪਹੁੰਚ ਰਹੇ ਨੇ। ਉੱਥੇ ਕਈ ਪੱਤਰਕਾਰ ਵੀ ਪਹੁੰਚੇ ਹੋਏ ਆ। ਤਾਂ ਜਦੋਂ ਪੱਤਰਕਾਰਾਂ ਨੇ ਉਹਨਾਂ ਨੌਜਵਾਨਾਂ ਕੋਲ ਸਵਾਲ ਪੁੱਛਿਆ ਕਿ ਸਾਹਿਬਜ਼ਾਦਿਆਂ ਦਾ ਇਤਿਹਾਸ ਕੀ ਹੈ, ਸਾਹਿਬਜ਼ਾਦਿਆਂ ਦੇ ਨਾਂ ਕੀ ਸੀ, ਤਾਂ ਇਸ ਸਥਾਨ 'ਤੇ ਆਇਓ, ਇਸ ਸਥਾਨ ਦਾ ਸੰਬੰਧ ਕੀ ਆ ਉਹਨਾਂ ਨਾਲ, ਤਾਂ ਬਹੁਤਿਆਂ ਨੂੰ ਪਤਾ ਹੀ ਨਹੀਂ ਹੈ। ਜਾਂ ਮੈਂ ਥੋੜ੍ਹੇ ਦਿਨ ਪਹਿਲਾਂ ਇੱਕ ਵੀਡੀਓ ਦੇਖ ਰਿਹਾ ਸੀ, ਇੱਕ ਪੱਤਰਕਾਰ ਕੁੜੀ ਕੁਛ ਨੌਜਵਾਨਾਂ ਨੂੰ ਪੁੱਛਦੀ ਹੈ ਕਿ ਹੁਣ ਕੀ ਚੱਲ ਰਿਹਾ। ਉਹ ਕਹਿੰਦੇ ਜੀ ਕ੍ਰਿਸਮਸ ਦਾ ਤਿਉਹਾਰ ਚੱਲ ਰਿਹਾ ਅਤੇ ਹੋਰ ਕੀ ਚੱਲ ਰਿਹਾ, ਕਹਿੰਦੇ ਪਤਾ ਨਹੀਂ ਹੈ। ਸੋ ਅਸੀਂ ਇਹ ਨਹੀਂ ਕਹਿੰਦੇ ਕਿ ਹਰ ਧਰਮ ਆਪਣੀ ਥਾਂ ਦੇ ਉੱਤੇ ਹੈ, ਸਾਰਿਆਂ ਧਰਮਾਂ ਬਾਰੇ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ। ਸਾਨੂੰ ਈਸਾਈਆਂ ਬਾਰੇ, ਮੁਸਲਮਾਨਾਂ ਬਾਰੇ, ਹਿੰਦੂ ਧਰਮ ਬਾਰੇ, ਬੁੱਧ ਬਾਰੇ, ਜੈਨ ਬਾਰੇ, ਹਰ ਧਰਮ ਬਾਰੇ ਗਿਆਨ ਹੋਣਾ ਜ਼ਰੂਰੀ ਹੈ, ਕਿਉਂਕਿ ਸਾਰੇ ਧਰਮ ਨੇ ਜਿਹੜੇ ਉਹ ਮਨੁੱਖਤਾ ਦੀ ਗੱਲ ਕਰਦੇ ਨੇ। ਪਰ ਜਿੱਥੇ ਗੱਲ ਅਸੀਂ ਘੱਟੋ ਘੱਟ ਮੈਂ ਕਹਿੰਦਾ ਕਿ 10 ਮਿੰਟ ਮਹਿਸੂਸ ਕਰੀਏ, ਠੀਕ ਹੈ, ਅਸੀਂ ਪੋਸਟਾਂ ਬਹੁਤ ਪਾ ਦਿੰਦੇ ਹਾਂ ਕਿ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਜੀ, ਪਰ ਮਹਿਸੂਸ ਕਰਕੇ ਦੇਖਿਓ ਉਸ ਮੰਜ਼ਰ ਨੂੰ, ਅੰਦਰੋਂ ਦਿਲੋਂ ਮਹਿਸੂਸ ਕਰਕੇ ਦੇਖਿਓ ਕਿ ਕੀ ਉਹ ਹਾਲਾਤ ਹੋਣਗੇ, ਜਿਨ੍ਹਾਂ ਸਮਿਆਂ ਦੇ ਵਿੱਚ ਉਹਨਾਂ ਸਾਹਿਬਜ਼ਾਦਿਆਂ ਨੇ ਆਪਣੀ ਕੁਰਬਾਨੀ ਦਿੱਤੀ, ਜ਼ੁਲਮ ਦੇ ਖਿਲਾਫ ਡਟੇ, ਕਿੱਥੋਂ ਉਹ ਸ਼ਕਤੀ ਆਈ ਹੋਣੀ ਆ। ਆਪਣੇ ਸਰੀਰ 'ਤੇ ਝੱਲ ਕੇ ਦੇਖੋ, ਇੱਥੇ ਮੇਰਾ ਘਰ ਜਾਈ 'ਚੋਂ ਨਿਕਲਣ ਨੂੰ ਬਾਹਰ ਤਿਆਰ ਨਹੀਂ ਹੁੰਦਾ, ਉਹ ਫਿਰ ਪਤਾ ਲੱਗਦਾ, ਫਿਰ ਅੰਦਰੋਂ ਵਿਰਾਗ ਉੱਠਦਾ, ਫਿਰ ਇੱਕ ਤੜਫ ਉੱਠਦੀ ਹੈ, ਇੱਕ ਦਰਦ ਉੱਠਦਾ, ਇੱਕ ਰੋਹ ਵੀ ਜਾਗਦਾ। ਅੱਜ ਮੈਂ ਦੇਖਦਾ ਕਿ ਮੇਰੇ ਪੰਜਾਬ ਦੀ ਗੱਲ ਮੈਂ ਦੇਖਦਾ, ਲਗਾਤਾਰ ਸਾਨੂੰ 10 ਦਿਨ ਹੋ ਗਏ NRC ਅਤੇ CA ਜਿਹੜਾ
ਨਾਗਰਿਕਤਾ ਸੋਧ ਬਿੱਲ ਜਿਹੜਾ ਸਰਕਾਰ ਲੈ ਕੇ ਆਈ ਹੈ, ਵੱਖ ਵੱਖ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਜਾ ਕੇ ਲੋਕਾਂ ਨਾਲ ਗੱਲਾਂ ਕੀਤੀਆਂ, ਪਰਸੋਂ ਪਟਿਆਲੇ ਜਾਮ ਵੀ ਕੀਤਾ, ਉਦੋਂ ਪਹਿਲਾਂ ਬਠਿੰਡੇ ਰੱਖਿਆ। ਤਾਂ ਜਦੋਂ ਮੈਂ ਨੌਜਵਾਨਾਂ ਨੂੰ ਕਹਿੰਦਾ ਕਿ ਯਾਰ ਆ ਜਾਓ ਆਪਾਂ ਨਾਗਰਿਕਤਾ ਸੋਧ ਬਿੱਲ ਲਈ ਆਪਾਂ ਮੁਜ਼ਾਹਰਾ ਕਰ ਰਹੇ ਹਾਂ ਉਹਦੇ ਖਿਲਾਫ, ਕਹਿੰਦੇ ਬਾਈ ਇਹ ਕੀ ਆ, ਅਸੀਂ ਸੁੱਤੇ ਪਏ ਹਾਂ। ਪੂਰੇ ਮੁਲਕ ਦਾ ਨੌਜਵਾਨ ਯੂਨੀਵਰਸਿਟੀਆਂ ਵਾਲੇ ਕਾਲਜਾਂ ਵਾਲੇ ਸੜਕਾਂ 'ਤੇ ਨੇ, ਜਾਗਿਆ ਹੋਇਆ ਇਨਸਾਨ ਸੜਕਾਂ 'ਤੇ ਹੈ, ਚਾਹੇ ਉਹ ਫਿਲਮਾਂ ਦਾ ਐਕਟਰ ਹੈ, ਚਾਹੇ ਡਾਇਰੈਕਟਰ ਹੈ, ਚਾਹੇ ਕੋਈ ਸਾਹਿਤਕਾਰ ਹੈ, ਚਾਹੇ ਕੋਈ ਲਿਖਾਰੀ ਹੈ, ਅਤੇ ਪੰਜਾਬ ਵਾਲਿਆਂ ਨੂੰ ਪਤਾ ਨਹੀਂ ਹੈ। ਮੈਂ ਹੁਣ ਇੱਥੇ ਗੁੱਸਾ ਨਾ ਕਰਿਓ, ਤੁਹਾਨੂੰ ਵੀ ਪੁੱਛ ਲੈਂਦਾ, ਕਿੰਨਿਆਂ ਕੁ ਨੂੰ ਪਤਾ, ਹੱਥ ਖੜਾ ਕਰ ਦਿਓ। ਉਹ ਪਿੱਛੇ ਨੌਜਵਾਨਾਂ ਦੀ ਇੱਕ ਵੱਡੀ ਗਿਣਤੀ ਬੈਠੀ ਹੈ, ਨਾਗਰਿਕਤਾ ਸੋਧ ਬਿੱਲ ਇੱਕ ਆਇਆ ਹੈ, ਉਹਦੇ ਖਿਲਾਫ ਪੂਰੇ ਮੁਲਕ ਦੇ ਵਿੱਚ ਮੁਜ਼ਾਹਰੇ ਹੋਏ ਨੇ। ਇਹ ਹੈ ਸਾਡੀ ਕਮਜ਼ੋਰੀ, ਜਾਂ ਮੈਂ ਕਹੂੰਗਾ ਸਾਡੀ ਬਦਕਿਸਮਤੀ, ਕਿ ਯਾਰ ਐਡਾ ਵੱਡਾ ਇਹ ਪੂਰੇ ਦੇਸ਼ ਨੂੰ ਇੱਕ ਰੰਗ ਦੇ ਵਿੱਚ ਰੰਗਣ ਦੀ ਕੋਸ਼ਿਸ਼ ਹੋ ਰਹੀ ਆ। ਮੈਥੋਂ ਪਹਿਲਾਂ ਬੋਲਦਿਆਂ ਕਾਫੀ ਵਿਸਥਾਰ ਨਾਲ ਤੁਹਾਨੂੰ ਦੱਸਿਆ, ਪੂਰੇ ਰੰਗ ਨੂੰ ਇੱਕੋ ਰੰਗ, ਭਗਵਾਂ ਰੰਗ, ਉਹ ਕਾਨੂੰਨ ਲੈ ਕੇ ਆਉਂਦਾ ਗਿਆ। ਪਰ ਉਸ ਕਾਨੂੰਨ ਦੇ ਖਿਲਾਫ ਪੰਜਾਬ ਦੇ ਵਿੱਚੋਂ ਜਿਹੜਾ ਪੰਜਾਬ ਹਮੇਸ਼ਾ ਧਾੜਵੀਆਂ ਦਾ ਮੂੰਹ ਤੋੜਦਾ ਰਿਹਾ, ਮੂੰਹ ਮੋੜਦਾ ਰਿਹਾ, ਹਮੇਸ਼ਾ ਲੋਕ ਸੰਘਰਸ਼ਾਂ ਦੇ ਵਿੱਚ ਅੱਗੇ ਰਿਹਾ, ਹਰ ਮੋਰਚੇ ਦੇ ਉੱਤੇ ਡਟਿਆ, ਆਪਣੀਆਂ ਹਿੱਕਾਂ ਡਾਹੀਆਂ ਨੇ, ਗੋਲੀਆਂ ਖਾਧੀਆਂ ਨੇ, ਉਹ ਪੰਜਾਬ ਦਾ ਨੌਜਵਾਨ ਨੂੰ ਅੱਜ ਪਤਾ ਹੀ ਨਹੀਂ ਹੈਗਾ ਕਿ ਸਾਡੇ 'ਤੇ ਹਮਲਾ, ਕਿਹੜਾ ਹਮਲਾ ਹੋ ਰਿਹਾ ਅਤੇ ਕਿਸ ਰੂਪ ਦੇ ਵਿੱਚ ਹੋ ਰਿਹਾ। ਮੈਂ ਕਹਿੰਦਾ ਕਿ ਇਹਨਾਂ ਨੇ ਹੁਣ ਇੱਕ ਮੁਹਿੰਮ ਵਿੱਢੀ ਆ ਕਿ 5 ਜਨਵਰੀ ਤੱਕ, ਬੀਜੇਪੀ ਸਰਕਾਰ ਕਹਿੰਦੀ ਕਿ 5 ਜਨਵਰੀ ਤੱਕ ਅਸੀਂ ਪੂਰੇ ਮੁਲਕ ਦੇ ਲੋਕਾਂ ਨੂੰ ਦੱਸਾਂਗੇ ਕਿ ਇਹ ਤਾਂ ਐਵੇਂ ਪ੍ਰੋਪੋਗੰਡਾ ਕਰਦੇ ਹੈ, ਇਹ ਕਾਂਗਰਸ ਵਾਲੇ ਹੈ, ਜਿਹੜਾ ਕੋਈ ਬੋਲਦਾ ਉਹਨੂੰ ਕਹਿੰਦੇ ਅਰਬਨ ਨਕਸਲੀ ਹੈ, ਇਹ ਅੱਤਵਾਦੀ ਨੇ, ਇਹ ਪਾਕਿਸਤਾਨ ਦੇ ਏਜੰਟ ਨੇ, ਇਹ ਪਾਕਿਸਤਾਨ ਦੀ ਬੋਲੀ ਬੋਲਦੇ ਆ, ਇਹ ਕਹਿੰਦੇ ਅਸੀਂ ਦੱਸਾਂਗੇ ਲੋਕਾਂ ਨੂੰ ਕਿ ਇਹ ਕਾਨੂੰਨ ਸਹੀ ਕਿਉਂ ਆ। ਮੈਂ ਮੋਟੀ ਜਿਹਾ ਇੱਕ ਸਵਾਲ ਤੁਹਾਡੇ ਅੱਗੇ ਛੱਡ ਕੇ ਜਾਊਂਗਾ, ਤੁਸੀਂ ਵੀ ਸੋਚ ਲਿਓ। ਮੈਂ ਕਿਸੇ ਪੱਤਰਕਾਰ ਨੂੰ ਇਹ ਸਵਾਲ ਕੀਤਾ ਸੀ, ਮੈਂ ਕਿਹਾ ਮੈਂ ਤੇਰੇ ਨਾਲ ਸਹਿਮਤ ਹਾਂ, ਤੁਸੀਂ ਨਾਗਰਿਕਤਾ ਸੋਧ ਬਿੱਲ ਲੈ ਕੇ ਆਉਂਦਾ, ਤੁਸੀਂ ਅਫਗਾਨਿਸਤਾਨ 'ਚੋਂ, ਪਾਕਿਸਤਾਨ 'ਚੋਂ, ਬੰਗਲਾਦੇਸ਼ ਦੇ ਵਿੱਚੋਂ, ਜਿੰਨੇ ਵੀ ਉੱਥੇ ਕੋਈ ਹਿੰਦੂ ਬੈਠਾ, ਸਿੱਖ ਬੈਠਾ, ਜੈਨੀ ਬੋਧੀ ਬੈਠਾ, ਉਹਨੂੰ ਨਾਗਰਿਕਤਾ ਦੇ ਦਿਓ, ਕੋਈ ਦੁੱਖ ਨਹੀਂ ਹੈ। ਜਦੋਂ NRC ਲਾਗੂ ਹੋਣਾ ਇਸ ਮੁਲਕ ਦੇ ਵਿੱਚ, ਦੋਨੇ ਚੀਜ਼ਾਂ ਨੇ ਜੁੜਨਾ। CAA ਦਾ ਮਤਲਬ ਹੈ ਸਿਟੀਜ਼ਨ ਅਮੈਂਡਮੈਂਟ ਐਕਟ, ਤੇ NRC ਦਾ ਮਤਲਬ ਹੈ ਨੈਸ਼ਨਲ ਰਜਿਸਟਰ ਸਿਟੀਜ਼ਨਸ। ਇਹ ਸਮਝੋ ਗੱਲ, ਜੁੜਨਾ ਦੋਨਾਂ ਚੀਜ਼ਾਂ ਨੇ। ਪਹਿਲਾਂ ਅਸਾਮ ਦੇ ਵਿੱਚ ਇਹ ਬੰਦੇ ਇਹ ਕਾਨੂੰਨ ਲੈ ਕੇ ਆਏ, ਉੱਥੇ 19 ਲੱਖ ਬੰਦਾ ਆ ਗਿਆ ਵੀ ਇਹ ਬਾਹਰੋਂ ਆਇਆ ਹੋਇਆ ਕੱਢਣਾ, ਉਹ ਜੋ 12-13 ਲੱਖ ਹਿੰਦੂ ਆ ਗਿਆ, ਇਹਨਾਂ ਲਈ ਇੱਕ ਦਿੱਕਤ ਖੜੀ ਹੋ ਗਈ ਵੀ ਇਹਨੂੰ ਹੁਣ ਕੱਢਾਂ ਕਿਵੇਂ। ਤਾਂ ਇਹ CAA ਲੈ ਕੇ ਆਏ ਕਿ ਅਸੀਂ ਹਿੰਦੂਆਂ ਨੂੰ ਤਾਂ ਇੱਥੇ, ਜੈਨੀਆਂ ਨੂੰ, ਸਿੱਖਾਂ ਨੂੰ, ਬੋਧੀਆਂ ਨੂੰ ਤਾਂ ਇੱਥੇ ਦੇਸ਼ ਦੇ ਵਿੱਚ ਅਸੀਂ ਨਾਗਰਿਕਤਾ ਦੇਵਾਂਗੇ, ਪਰ ਮੁਸਲਮਾਨਾਂ ਨੂੰ ਨਹੀਂ। ਕੀ ਮੁਸਲਮਾਨ ਇਸ ਦੇਸ਼ ਦੇ ਨਾਗਰਿਕ ਨਹੀਂ ਆ? ਕੀ ਮੁਸਲਮਾਨਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਖਾਤਰ ਕੁਰਬਾਨੀਆਂ ਨਹੀਂ ਦਿੱਤੀਆਂ? ਕੀ ਉਹਨਾਂ ਦਾ ਦੇਸ਼ ਨਹੀਂ ਹੈ? ਕੱਲ੍ਹ ਨੂੰ ਸਾਨੂੰ ਵੀ ਕਹਿਣਗੇ, ਅਗਲੀ ਵਾਰੀ ਸਿੱਖਾਂ ਦੀ ਆਉਣੀ ਆ, ਵੀ ਚਲੋ ਵੀ ਬੋਰੀਆ ਬਿਸਤਰ ਬੰਨੋ, ਤੁਹਾਡਾ ਇੱਥੇ ਕੱਖ ਨਹੀਂ ਹੈਗਾ, ਜਾਓ। ਇਹ ਵਾਰੀ ਵਾਰੀ ਸਾਰਿਆਂ ਨੂੰ ਇਹਨਾਂ ਨੇ ਲਪੇਟੇ 'ਚ ਲੈਣਾ।
ਤਾਂ ਮੇਰਾ ਇੱਕੋ ਹੀ ਸਵਾਲ ਹੈ ਵੀ ਜਦੋਂ NRC ਨੇ ਆਉਣਾ ਦੇਸ਼ ਦੇ ਵਿੱਚ, ਮੰਨ ਲਓ ਮੇਰੇ ਪਿਓ ਦਾਦੇ ਕੋਲ ਜ਼ਮੀਨ ਦੇ ਆਜ਼ਾਦ ਹੈ, ਮੈਂ ਆਪਦਾ ਸਬੂਤ ਦੇਤਾ ਵੀ ਆਹ ਲਓ ਜੀ ਮੇਰੇ ਆ ਪਿਓ ਦੇ ਨਾਂ ਜ਼ਮੀਨ ਆ, ਮੇਰੇ ਦਾਦੇ ਨਾਲ, ਮੇਰੇ ਪੜਦਾਦੇ ਨਾਲ, ਸਾਡੀ ਜਮ੍ਹਾਂਬੰਦੀ ਹੈ ਜੀ 50 ਸਾਲ ਦੀ। ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਕੋਲ ਕੋਈ ਜ਼ਮੀਨਾਂ ਨਹੀਂ ਹੈ, ਉਹ ਕਿੱਥੋਂ ਦੇਣਗੇ 4 ਪੀੜ੍ਹੀਆਂ ਦਾ ਸਬੂਤ? ਦੱਸੋ ਤੁਹਾਡੇ ਕੋਲ ਸਿਰਫ ਇੱਕ ਰਾਸ਼ਨ ਕਾਰਡ ਹੋਊ ਗਰੀਬ ਬੰਦੇ ਕੋਲ ਵੀ ਆਹ ਦੇਖੋ ਜੀ ਆਹ ਮੇਰਾ ਰਾਸ਼ਨ ਕਾਰਡ ਹੈ। ਹੁਣ ਤੁਸੀਂ ਕਿੱਥੋਂ ਸਾਬਤ ਕਰੋਗੇ ਵੀ ਸਾਡਾ ਦਾਦਾ ਇੱਥੋਂ ਦਾ ਹੈ ਸੀ ਕਿ ਨਹੀਂ ਹੈ ਸੀ? ਉੱਥੇ ਕੀ ਖੜਾ? ਉੱਥੇ ਇਹਨਾਂ ਨੇ ਕਹਿਣਾ ਆਹ ਲਓ ਜੀ ਇੱਕ ਅਰਜ਼ੀ ਦਿਓ, ਇਸ ਅਰਜ਼ੀ ਦੇ ਵਿੱਚ ਤੁਹਾਨੂੰ ਅਸੀਂ ਇਸ ਦੇਸ਼ ਦੀ ਨਾਗਰਿਕਤਾ ਦੇ ਦਿੰਦੇ ਹਾਂ। ਉਹੀ ਗੱਲ ਜਿਵੇਂ ਪਹਿਲਾਂ ਮੈਂ ਇੱਥੋਂ ਬੋਲਦਿਆਂ ਨੇ ਗੱਲ ਕੀਤੀ ਕਿ ਸਾਨੂੰ ਭਿਖਾਰੀ ਬਣਾ ਲਿਆ ਆਟੇ ਦਾਲ ਸਕੀਮਾਂ ਦੇ ਕੇ, ਉੱਥੇ ਫਿਰ ਅਸੀਂ ਇਹਨਾਂ ਦੇ ਝਾਂਸੇ 'ਚ ਆਉਣਾ। ਸਾਨੂੰ ਇਹ ਲੱਗੂ ਲੈ ਵੀ ਸਾਨੂੰ ਤਾਂ ਦੇਸ਼ 'ਚੋਂ ਕੱਢਤਾ ਸੀ, ਇਹ ਤਾਂ ਮੋਦੀ ਨੇ ਰੱਖ ਲਏ, ਸਾਨੂੰ ਨਾਗਰਿਕਤਾ ਦੇ ਦਿੱਤੀ ਗਈ। ਪਰ ਜਦੋਂ ਇਸੇ ਦੇਸ਼ ਦਾ ਮੁਸਲਮਾਨ ਇਹ ਸਿੱਧ ਨਾ ਕਰ ਸਕਿਆ ਤਾਂ ਫਿਰ ਉਹ ਕਿੱਥੇ ਜਾਊਗਾ? ਉਹ ਕੱਢਿਆ ਜਾਊਗਾ, ਉਹ ਡਿਟੈਂਸ਼ਨ ਕੈਂਪਾਂ 'ਚ ਚਲਾ ਜਾਊਗਾ। ਜਿਹੜੇ ਅਸਾਮ ਦੇ ਵਿੱਚ ਇਹਨਾਂ ਨੇ 6-7 ਕੈਂਪ ਬਣਾਏ ਨੇ, ਇਦੋਂ ਪਹਿਲਾਂ ਪੂਰੇ ਮੁਲਕ ਦੇ ਵਿੱਚ ਬਣਾਉਣੇ ਨੇ, ਪਰ ਇਹਦੇ ਲਈ ਅਸੀਂ ਸੁੱਤੇ ਪਏ ਹਾਂ, ਸਾਨੂੰ ਪਤਾ ਹੀ ਨਹੀਂ ਹੋ ਰਿਹਾ। ਸਾਡੀ ਜਵਾਨੀ ਨੂੰ ਇਹ ਨਹੀਂ ਪਤਾ ਕਿ ਦੇਸ਼ ਕਰਵਟ ਲੈ ਰਿਹਾ, ਦੇਸ਼ ਦਾ ਨੌਜਵਾਨ ਜਾਗ ਰਿਹਾ। ਪੰਜਾਬ ਵਾਲਾ ਕਿੱਥੇ ਸੁੱਤਾ? ਟਿਕਟੋਕਾਂ 'ਚ, ਵਟਸਐਪਾਂ 'ਤੇ, ਇੰਸਟਾਗ੍ਰਾਮ 'ਤੇ, ਫੇਸਬੁੱਕਾਂ 'ਤੇ ਗਾਇਕਾਂ ਮਗਰ। ਸਾਡੇ ਜਵਾਨਾਂ ਨੌਜਵਾਨਾਂ ਨੂੰ ਪਤਾ ਹੁੰਦਾ ਕਿ ਅੱਜ ਕਰਨ ਔਜਲੇ ਨੇ ਸਿੱਧੂ ਮੂਸੇਵਾਲੇ ਨੂੰ ਕੀ ਕਿਹਾ, ਅਤੇ ਤੜਕੇ ਅਸੀਂ ਸਿਰਹਾਣੇ ਉੱਠ ਕੇ ਮੋਬਾਈਲ ਚੱਕ ਕੇ ਦੇਖਦੇ ਹੁੰਦੇ ਹਾਂ ਕਿ ਸਿੱਧੂ ਮੂਸੇਵਾਲੇ ਨੇ ਕਰਨ ਔਜਲੇ ਨੂੰ ਕੀ ਰਿਪਲਾਈ ਕੀਤਾ, ਜਾਂ ਸਹਿਨਾਜ ਗਿੱਲ ਅੱਜ ਹਿਮਾਂਸ਼ੀ ਖੁਰਾਣਾ ਨੂੰ ਕੀ ਕਹਿ ਰਹੀ ਹੈ ਬਿਗ ਬੌਸ ਦੇ ਘਰੇ। ਇਹ ਸਾਨੂੰ ਗੱਲਾਂ ਪਤਾ ਹੁੰਦੀਆਂ ਨੇ, ਪਰ ਸਾਡੇ ਹੱਕ ਲੁੱਟੇ ਜਾ ਰਹੇ ਨੇ, ਸਾਨੂੰ ਖਤਮ ਕੀਤਾ ਜਾ ਰਿਹਾ, ਇਹ ਨਹੀਂ ਪਤਾ ਹੁੰਦਾ ਸਾਨੂੰ। ਭਰਾਵੋ ਚੰਗੀ ਗੱਲ ਹੈ ਜੇ ਜਾਗ ਜਾਓਗੇ, ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਕਿ ਇਹ ਮੈਂ ਹੁਣ ਇੱਕ ਗੱਲ ਉਸ 'ਤੇ ਆਉਣਾ, ਮੈਂ ਬਰਾਬਰਤਾ ਦਾ ਹਾਮੀ ਹਾਂ। ਗ੍ਰੰਥ ਸਾਹਿਬ ਬਰਾਬਰਤਾ ਦੀ ਗੱਲ ਕਰਦੇ ਨੇ, ਸਾਡੇ ਗੁਰੂ ਸਾਹਿਬਾਨ ਨੇ ਬਰਾਬਰਤਾ ਦੀ ਗੱਲ ਕੀਤੀ, ਪਰ ਸਾਡੇ 'ਚ ਵੰਡੀਆਂ ਪਾਈਆਂ ਗਈਆਂ, ਤੁਹਾਨੂੰ ਪਹਿਲਾਂ ਵਿਸਥਾਰ ਨਾਲ ਦੱਸਿਆ। ਉਹਦੇ 'ਚ ਮੈਂ ਗੱਲ ਹੋਰ ਜੋੜਦਾ, ਅਸੀਂ ਕਹਿੰਦੇ ਹਾਂ ਅਸੀਂ ਮੂਲ ਨਿਵਾਸੀ ਹਾਂ, ਇਸ ਦੇਸ਼ ਦੇ ਅਸੀਂ ਮੂਲ ਨਿਵਾਸੀ ਹਾਂ, ਜੇ ਆਪਾਂ ਉਹ ਆਪਣਾ ਇਤਿਹਾਸ ਪੜ੍ਹਦੇ ਹਾਂ ਤਾਂ। ਪਰ ਜਦੋਂ ਗੱਲ ਆ ਜਾਂਦੀ ਹੈ, ਹੁਣ ਬਹੁਤੇ ਬੰਦਿਆਂ ਨਾਲ ਮੇਰੀ ਇਹ ਬਹਿਸ ਹੁੰਦੀ ਹੈ, ਮੈਂ ਕਿਹਾ ਵੀ ਇਹਨਾਂ ਇਹ ਲੋਕ ਚਾਰ ਵਰਨਾਂ ਦੇ ਵਿੱਚ ਵੰਡਦੇ ਆ। ਪਹਿਲਾਂ ਕਹਿੰਦੇ ਜੀ ਬ੍ਰਾਹਮਣ ਜੋ ਦੇਵਤੇ ਦੇ ਮੂੰਹ 'ਚੋਂ ਪੈਦਾ ਹੋਇਆ, ਦੂਜਾ ਖੱਤਰੀ ਜੋ ਬਾਹਾਂ 'ਚੋਂ ਪੈਦਾ ਹੋਇਆ, ਤੀਜਾ ਵੈਸ ਜਾਣੇ ਬਾਣੀਆ ਜਿਹੜਾ ਢਿੱਡ 'ਚੋਂ ਪੈਦਾ ਹੋਇਆ, ਚੌਥਾ ਸੂਦਰ ਜਿਹੜਾ ਪੈਰਾਂ 'ਚੋਂ ਪੈਦਾ ਹੋਇਆ। ਹੁਣ ਮੈਂ ਕਿਹਾ ਤੁਸੀਂ ਇਹਨੂੰ ਇਹ ਦੱਸੋ ਤੁਸੀਂ ਬ੍ਰਾਹਮਣ ਹੋ? ਕਹਿੰਦੇ ਨਹੀਂ। ਮੈਂ ਖੱਤਰੀ ਹੋ? ਕਹਿੰਦੇ ਨਹੀਂ। ਮੈਂ ਕਿਹਾ ਵੈਸ਼ ਹੋ? ਕਹਿੰਦੇ ਨਹੀਂ। ਮੈਂ ਕਿਹਾ ਬਚਦਾ ਕੌਣ ਹੈ? ਕਹਿੰਦੇ ਸ਼ੂਦਰ। ਪਰ ਮੰਨੋ ਅਸੀਂ ਸੂਦਰ ਹਾਂ, ਅਸੀਂ ਇਹ ਕਹਿੰਦੇ ਅਸੀਂ ਸੂਦਰ, ਅਸੀਂ ਨਹੀਂ ਮੰਨਣਾ, ਅਸੀਂ ਕਹਿੰਦੇ ਅਸੀਂ ਮੂਲ ਨਿਵਾਸੀ ਹਾਂ, ਅਸੀਂ ਇਸ ਦੇਸ਼ ਦੇ ਰਾਜੇ ਰਹੇ ਹਾਂ। ਜੇ ਪਹਿਲਾਂ ਤੁਹਾਨੂੰ ਕਾਫੀ ਗੱਲਾਂ ਬਾਤਾਂ ਦੱਸੀਆਂ ਨੇ। ਸੋ ਭਰਾਵੋ ਇੱਕ ਮੈਂ ਹੋਰ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ, ਅਸੀਂ ਗ੍ਰੰਥ ਸਾਹਿਬ ਦਾ ਲੜ ਛੱਡ ਕੇ ਨਾ ਡੇਰਿਆਂ ਵਾਂਗ ਬਹੁਤ ਪੈ ਗਏ। ਹੁਣ ਇੱਕ ਤਾਂ ਬਾਬਾ ਉੱਧਰਲਾ ਸਾਡੇ ਵਾਲੇ ਪਾਸੇ ਵਾਲਾ ਤਾਂ ਜੇਲ੍ਹ 'ਚ ਬੈਠਾ, ਇੱਧਰ ਤੁਹਾਡੇ ਪਾਸੇ ਆ ਕੋ ਫਰਿੱਜ 'ਚ ਲੱਗਿਆ ਬੈਠਾ ਕਈ ਸਾਲ ਹੋ ਗਏ, ਆ ਨੇੜੇ ਹੀ ਤੁਹਾਡੇ ਨੂਰ ਮਹਿਲ ਪੈਂਦਾ ਨਾ ਇੱਥੇ। ਨਵਾਂ ਕੰਮ ਦੇਖੋ, ਅਸੀਂ ਮੈਂ ਪਖੰਡਵਾਦ ਦੇ ਖਿਲਾਫ ਹਾਂ, ਪਖੰਡਵਾਦ ਕਿਸੇ ਪ੍ਰਕਾਰ ਕਿਸੇ ਵੀ ਧਰਮ 'ਚ ਹੋਵੇ, ਸਿੱਖ ਧਰਮ ਦੇ ਵਿੱਚ ਵੀ ਜੇ ਪਖੰਡਵਾਦ ਆ ਸੀ ਮੈਂ ਉਹਦੇ ਵੀ ਖਿਲਾਫ ਹਾਂ।
ਮੂਰਤੀ ਪੂਜਾ ਦੇ ਮੈਂ ਖਿਲਾਫ ਹਾਂ, ਹੋਰ ਜਿੰਨੀਆਂ ਇਹੋ ਜਿਹੀਆਂ ਕ੍ਰਿਤਾਂ ਹੈਗੀਆਂ ਮੈਂ ਉਹਦੇ ਖਿਲਾਫ ਹਾਂ। ਪਰ ਹੁਣ ਇੱਕ ਨਵਾਂ ਸੋਡੇ ਨਹੀਂ ਜਾ ਰਹੇ ਆ, ਸਾਡੇ ਨਹੀਂ ਵੀ ਚੱਲ ਪਿਆ ਕੰਮ ਇਹ, ਹੁਣ ਇੱਕ ਹਲਾਲੂਈਆ ਵਾਲੇ ਆਏ ਆ। ਹਲਾਲੂਈਆ ਦੇਖਿਆ ਨਾ, ਉਹ ਕੀ ਕਰਦੇ ਆ, ਆਹ ਬੜਾ ਵੱਡਾ ਇਕੱਠ ਹੁੰਦਾ ਲੱਗਿਆ ਵਾ ਉੱਥੇ ਮੇਲਾ ਪੂਰਾ, ਇੱਕ ਜਵਾਕ ਨੂੰ ਸਟੇਜ 'ਤੇ ਪਾ ਲੈਂਦੇ ਆ, ਕਹਿੰਦੇ ਜੀ ਇਹ ਮਰ ਗਿਆ ਜਵਾਕ, ਤੈਨੂੰ ਆਪਾਂ ਜਿਉਂਦਾ ਕਰਨਾ। ਥੋੜ੍ਹੇ ਚਿਰ ਬਾਅਦ ਪਤਾ ਨਹੀਂ ਕੀ ਡਰਾਮਾ ਆ, ਰਚਦੇ ਆ ਜਵਾਕ ਜਿਉਂਦਾ ਹੋ ਜਾਂਦਾ। ਹੁਣ ਯਾਰ ਇਹ ਮੰਨਣ 'ਚ ਆਊਗੀ ਗੱਲ ਕਿ ਇੱਕ ਮਰੇ ਹੋਏ ਜਵਾਕ ਨੂੰ ਜਾਂ ਇਨਸਾਨ ਨੂੰ ਕੋਈ ਜਿਉਂਦਾ ਕਰਦੇ? ਪਰ ਸਾਡੇ ਲੋਕ ਉੱਥੇ ਪੱਗਾਂ ਬੰਨੀਆਂ ਹੁੰਦੀਆਂ, ਦਾੜੇ ਛੱਡੇ ਹੁੰਦੇ ਆ, ਗਾਤਰੇ ਪਾਏ ਹੁੰਦੇ ਆ, ਐਂ ਸਾਡੀਆਂ ਮਾਮਾ ਭੈਣਾਂ ਹੁੰਦੀਆਂ ਬੈਠੀਆਂ, ਉਹ ਮਗਰ ਹਲਾਲੂਈਆ ਮਗਰ ਉਹ ਕਰੀ ਜਾਂਦੀਆਂ ਹੁੰਦੀਆਂ। ਇੱਕ ਇੱਧਰ ਚੱਲਿਆ ਕੰਮ ਖੰਨੇ ਇੰਨੀ, ਇੱਕ ਦਿਨ ਮੈਂ ਦੇਖ ਰਿਹਾ ਸੀਗਾ ਕਿਸੇ ਟੀਵੀ 'ਤੇ ਆ ਰਹੀ ਸੀਗੀ ਉਹ ਗੱਲਬਾਤ, ਬਹੁਤ ਲੰਬੀ ਲਾਈਨ ਤੁਰੀ ਜਾਵੇ ਲੋਕਾਂ ਦੀ, ਉਹਦੇ 'ਚ ਵੀ ਇਹੀ ਲੋਕ। ਮੈਂ ਕਿਉਂ ਵਾਰ ਵਾਰ ਇਹ ਗੱਲ ਦਾ ਜ਼ਿਕਰ ਕਰਦਾ ਵੀ ਅਸੀਂ ਜਾਂ ਤਾਂ ਫਿਰ ਇੱਧਰੋਂ ਛੱਡ ਦੇਈਏ ਵੀ ਗ੍ਰੰਥ ਸਾਹਿਬ ਨੂੰ ਹੀ ਮੰਨਣਾ ਛੱਡ ਦੇਈਏ, ਅਸੀਂ ਗੁਰਦੁਆਰੇ ਵੀ ਆਉਣਾ, ਮੱਥੇ ਵੀ ਰਗੜਨੇ ਹੈ, ਅੰਮ੍ਰਿਤ ਵੀ ਛਕੇ ਹੋਏ ਆ, ਦਾੜੇ ਕੇਸ ਵੀ ਰੱਖੇ ਹੋਏ ਆ, ਪਰ ਉਹਨਾਂ ਮਗਰ ਵੀ ਜਾਣਾ। ਉਹ ਲੰਮੀਆਂ ਲੈਣਾ ਤੇ ਇਹੀ ਲੋਕ ਉੱਥੇ, ਉਹ ਕਹਿੰਦੇ ਉਹ ਮੈਂ ਪੁੱਛਿਆ ਜੋ ਲੋਕਾਂ ਨੂੰ ਪੱਤਰਕਾਰ ਨੇ ਵੀ ਯਾਰ ਤੁਸੀਂ ਇੱਥੇ ਕਿਉਂ, ਕੋਈ ਕਹੇ ਜੀ ਸਾਡਾ ਕੈਂਸਰ ਠੀਕ ਹੋ ਗਿਆ, ਕੋਈ ਕਹੇ ਸਾਡੀ ਟੀਵੀ ਠੀਕ ਹੋ ਗਈ, ਕੋਈ ਕਹੇ ਮੇਰੇ ਗੋਡੇ ਦੁਖਦੇ ਸੀ ਮੈਂ ਇੱਥੇ ਆ ਕੇ ਠੀਕ ਹੋ ਗਿਆ, ਜੈ ਗੁਰੂ ਦੇਵ। ਉਹ ਜੈ ਗੁਰੂ ਦੇਵ ਕਹਿੰਦੇ ਸੀ ਖੰਨੇ ਇੰਨੀ ਹੈ, ਮੈਂ ਨਾਂ ਭੁੱਲ ਗਿਆ ਸ਼ਾਇਦ ਪਿੰਡ ਦਾ, ਪਤਾ ਨਹੀਂ ਕੀ ਨਾਂ ਉੱਥੇ, ਉੱਥੇ ਕਹਿੰਦੇ ਉਹ ਬਾਬਾ ਠੀਕ ਕਰ ਰਿਹਾ। ਜਿਵੇਂ ਪਹਿਲਾਂ ਸਰਸੇ ਵਾਲਾ ਪੈਦਾ ਹੋਇਆ, ਆ ਨੂਰ ਮਹਿਲੀਆ ਪੈਦਾ ਹੋਇਆ, ਭਨਿਆਰੇ ਵਾਲਾ ਪੈਦਾ ਹੋਇਆ, ਐਂ ਇੱਕ ਨਵਾਂ ਬਾਬਾ ਹੁਣ ਉੱਥੇ ਪੈਦਾ ਹੋ ਗਿਆ। ਇਹ ਪਤਾ ਕਿਉਂ ਹੋ ਰਿਹਾ? ਦੇਖੋ ਅਸੀਂ ਮਾਨਸਿਕ, ਅਸੀਂ ਦਿਮਾਗੀ ਤੌਰ 'ਤੇ ਖਾਲੀ ਲੋਕ ਹੈ, ਬਿਮਾਰ ਲੋਕ ਹਾਂ, ਇਹ ਤਾਂ ਇਹ ਚੀਜ਼ਾਂ ਪੈਦਾ ਹੁੰਦੀਆਂ ਨੇ। ਸਾਨੂੰ ਛੋਟਾ ਜਿਹਾ ਜਵਾਕ ਹੁੰਦਾ, ਮਾਂ ਪਿਓ ਦਾ ਫਰਜ਼ ਹੁੰਦਾ ਕਿ ਉਸ ਬੱਚੇ ਦੇ ਵਿੱਚ ਇੰਨੀ ਤਾਕਤ ਭਰ ਦਿਓ ਕਿ ਉਹ ਪਖੰਡਵਾਦ 'ਚ ਨਾ ਫਸੇ ਕਿਤੇ ਜ਼ਿੰਦਗੀ ਜਾ ਕੇ। ਪਰ ਅਸੀਂ ਛੋਟੇ ਹੁੰਦੇ ਨੂੰ ਦੱਸਣਾ ਸ਼ੁਰੂ ਕਰ ਦਿੰਦੇ ਹਾਂ ਆ ਤੁਹਾਡੇ ਇੱਕ, ਮੈਂ ਇੱਧਰ ਹੁਣ ਮੈਂ ਕਾਫੀ ਮੇਰਾ ਚੱਕਰ ਰਹਿੰਦਾ, ਮੈਂ ਕਈ ਵਾਰੀ ਆਇਆ, ਜਠੇਰੇ ਪਤਾ ਨਹੀਂ ਕੀ ਲਿਖਿਆ ਪਿਆ ਹੁੰਦਾ, ਇਹ ਮੈਨੂੰ ਪਤਾ ਨਹੀਂ ਹੈ, ਮੈਂ ਇਹਦਾ ਬਾਰੇ ਪਤਾ ਵੀ ਅੱਜ ਕਰਕੇ ਜਾਊਂਗਾ ਵੀ ਕੀ ਇੱਧਰਲਾ ਕੀ ਇਤਿਹਾਸ ਆ ਤੁਹਾਡਾ ਇੱਧਰਲਾ। ਅਤੇ ਇਹ ਚੀਜ਼ਾਂ ਨੇ ਜਿਹੜੀਆਂ ਛੋਟੇ ਜਵਾਕ ਨੂੰ ਮੱਟੀ 'ਤੇ ਮੱਥਾ ਟਿਕਾਉਣਾ ਲਿਜਾ ਕੇ, ਛੋਟੇ ਜਵਾਕਾਂ ਨੂੰ ਤੁਸੀਂ ਉਹ ਪਖੰਡਵਾਦ ਦੇ ਵਿੱਚ ਵੀ ਪੋਤਾ ਬਾਬਾ ਪੁੱਛਾਂ ਵਾਲਿਆਂ ਕੋਲ ਲਈ ਜਾਂਦੇ ਹੋ, ਧਾਗੇ ਤਵੀਤਾਂ ਵਾਲਿਆਂ ਕੋਲ ਤੁਰੀ ਫਿਰਦੇ ਹੋ, ਉਹ ਜਵਾਕ ਦੇ ਮਾਨਸਿਕਤਾ ਇੰਨੀ ਕਮਜ਼ੋਰ ਕਰ ਦਿੱਤੀ ਜਾਂਦੀ ਹੈ। ਜਦੋਂ ਵੱਡਾ ਹੁੰਦਾ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਝੱਟ ਕੋਈ ਨਾ ਕੋਈ ਸਹਾਰਾ ਭਾਲਦਾ, ਉਹਨੂੰ ਆਪਣੇ ਆਪ 'ਤੇ ਵਿਸ਼ਵਾਸ ਨਹੀਂ ਹੁੰਦਾ ਕਿ ਮੈਂ ਯਾਰ ਆਪਦੇ ਪੈਰੋਂ ਇਸ ਮੁਸ਼ਕਲ ਦੇ ਨਾਲ ਲੜ ਕੇ ਖੜਾ ਹੋ ਸਕਦਾ। ਇਹ ਸਾਡੀ ਮਾਨਸਿਕਤਾ ਬਣਾਤੀ ਆ। ਸੋ ਭਰਾਵੋ, ਗੱਲਾਂ ਬਥੇਰੀਆਂ ਨੇ ਜਿੰਨੀਆਂ ਮਰਜ਼ੀ ਕਰੀ ਜਾਏਗੇ, ਹੈ ਨਾ, ਪਰ ਅਖੀਰ ਦੇ ਉੱਤੇ ਗੱਲ ਉੱਥੇ ਆ ਖੜਦੀ ਆ ਕਿ ਅਸੀਂ ਜਿੰਨਾ ਚਿਰ ਇਸ ਉਲਝਣ ਤਾਣੀ ਦੇ ਵਿੱਚੋਂ ਨਹੀਂ ਨਿਕਲਦੇ, ਇਹਨੂੰ ਨਹੀਂ ਸਮਝਦੇ ਕਿ ਯਾਰ ਇਹ ਲੜਾਈ ਮੇਰੀ ਆ, ਇਹ ਲੜਾਈ ਕਿਸੋ ਲੁਧਿਆਣੇ ਤੋਂ ਚੱਲੇ ਹੋਏ ਬੰਦੇ ਦੀ ਜਾਂ ਕਿਸੇ ਬਠਿੰਡੇ ਤੋਂ ਚੱਲੇ ਹੋਏ ਬੰਦੇ ਦੀ ਨਹੀਂ ਆ, ਜਾਂ ਪਟਿਆਲੇ ਤੋਂ ਆਏ ਹੋਏ ਬੰਦੇ ਦੀ ਨਹੀਂ ਆ, ਇਹ ਲੜਾਈ ਮੇਰੀ ਹੈ, ਇਹ ਮੈਂ ਲੜਨੀ ਆ, ਅਸੀਂ ਘਰਾਂ ਤੋਂ ਕਿਵੇਂ ਬਾਹਰ ਨਿਕਲਣਾ। ਉੱਥੇ ਗੱਲ ਆ ਫਿਰ ਖੜਦੀ ਹੈ ਨਾ, ਸਾਡੇ ਵਰਗਾ ਬੋਲਣ ਨੂੰ ਤਿਆਰ ਨਹੀਂ ਹੈਗਾ, ਸਾਡੇ ਲੋਕਾਂ ਦੇ ਆਹ ਹਾਲਾਤ ਹੋ ਗਏ ਆ। ਅਸੀਂ ਬੈਠੇ ਰਜਾਈ ਦੇ ਵਿੱਚ ਮੋਬਾਈਲ 'ਤੇ ਟਿੱਪਣੀ ਕਰ ਛੱਡਦੇ ਹਾਂ ਕਿਸੇ ਬੰਦੇ ਦੇ ਮਗਰ, ਹਾਂ ਬਾਈ ਚੱਕ ਦੇ ਫੱਟੇ ਤੇਰੇ ਨਾਲ ਹੈ, ਤੂੰ ਬਹੁਤ ਚੰਗਾ ਕੰਮ ਕਰ ਰਿਹਾ,
ਉਹ ਇਕੱਲੇ ਆਏ ਫੱਟੇ ਚੱਕਣਾ ਨਹੀਂ, ਫੱਟੇ ਚੱਕੇ ਜਾਣੇ ਜਿਵੇਂ ਤੁਸੀਂ ਮੋਬਾਈਲਾਂ ਦੇ ਚੱਕੀ ਜਾਂਦੇ ਹੋ ਫੱਟੇ, ਇਹ ਗਰਾਊਂਡਾਂ 'ਚ ਆਉਣਾ ਪੈਣਾ, ਨਿਕਲਣਾ ਪੈਣਾ ਸੜਕਾਂ 'ਤੇ, ਇਹ ਸਮਝਣਾ ਪੈਣਾ ਵੀ ਇਹਦਾ ਭਾਰ ਮੈਂ ਆਪਣੇ ਮੋਢਿਆਂ 'ਤੇ ਕਿਵੇਂ ਚੱਕਣਾ। ਸੋ ਭਰਾਵੋ ਇਹੀ ਗੱਲਾਂ ਬਾਤਾਂ ਮੈਂ ਤੁਹਾਡੇ ਨਾਲ ਕਰਨ ਆਇਆ ਸੀਗਾ। ਸੋ ਅਖੀਰ ਦੇ ਉੱਤੇ ਮੈਂ ਇੱਕ ਹੋਰ ਸੱਚ ਮੈਂ ਗੱਲ ਸਾਂਝੀ ਕਰ ਲਾਂ ਕਿ ਅੱਜ ਜਿਹੜੀ ਮੈਨੂੰ ਹੁਣੇ ਗੱਲ ਪਤਾ ਲੱਗੀ ਆ ਉਹ ਮੈਂ ਸਾਂਝੀ ਕਰਕੇ ਜਾਊਂਗਾ ਕਿ ਕਿਵੇਂ ਇੱਕ ਇੱਕ ਕਰਕੇ ਇਹਨਾਂ ਨੇ ਸਾਡਾ ਇਤਿਹਾਸ ਜਿਹੜਾ ਉਹ ਖਤਮ ਕਰ ਰਹੇ ਨੇ। ਚਮਕੌਰ ਦੀ ਕੱਚੀ ਗੜੀ ਨੂੰ ਖਤਮ ਕਰ ਦਿੱਤਾ ਗਿਆ, ਸਰਹੰਦ ਦੀ ਉਹ ਦੀਵਾਰ ਨੂੰ ਖਤਮ ਕਰ ਦਿੱਤਾ ਗਿਆ, ਅਨੰਦਪੁਰ ਸਾਹਿਬ ਦੇ ਕਿਲ੍ਹਿਆਂ ਨੂੰ ਖਤਮ ਕੀਤਾ ਜਾ ਰਿਹਾ, ਦੀਵਾਨ ਟੋਡਰਮੱਲ ਦੀ ਹਵੇਲੀ ਨੂੰ ਖਤਮ ਕੀਤਾ ਜਾ ਰਿਹਾ, ਜਿੰਨੀਆਂ ਸਾਡੀਆਂ ਪੁਰਾਤਨ ਡਿਉੜੀਆਂ ਨੇ ਉਹ ਢਾਈਆਂ ਜਾ ਰਹੀਆਂ ਨੇ, ਇਹਦਾ ਕੀ ਕਾਰਨ ਹੁੰਦਾ? ਦੇਖੋ ਸਮਝੋ, ਜਦੋਂ ਸਾਡੀ ਆਉਣ ਵਾਲੀ ਪੀੜ੍ਹੀ ਨੇ, ਆਉਣ ਵਾਲੀ ਨਸਲ ਨੇ ਸਾਥੋਂ ਇਤਿਹਾਸ ਬਾਰੇ ਪੁੱਛਣਾ ਕਿ ਅਸੀਂ ਫਤਿਹਗੜ੍ਹ ਸਾਹਿਬ ਗਏ ਸੀ, ਅਸੀਂ ਚਮਕੌਰ ਸਾਹਿਬ ਗਏ ਸੀ, ਅਸੀਂ ਅਨੰਦਪੁਰ ਸਾਹਿਬ ਗਏ ਸੀ, ਅਸੀਂ ਦਰਬਾਰ ਸਾਹਿਬ ਗਏ ਸੀ, ਉੱਥੇ ਸਾਨੂੰ ਕੁਝ ਦਿਖਿਆ ਨਹੀਂ। ਤੁਸੀਂ ਕਹਿੰਦੇ ਹਾਂ ਕਿ 7 ਸਾਲ ਅਤੇ 9 ਸਾਲ ਦਾ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਚਿਣਿਆ ਗਿਆ, ਕਿੱਥੇ ਚਿਣਿਆ ਗਿਆ? ਉਸ ਤਾਂ ਗੁਰਦੁਆਰਾ। ਤੁਸੀਂ ਕਹਿੰਦਾ ਚਮਕੌਰ ਦੀ ਕੱਚੀ ਗੜੀ, ਕਿਹੜੀ ਕੱਚੀ ਗੜੀ? ਉੱਥੇ ਵੀ ਗੁਰਦੁਆਰਾ। ਤੁਸੀਂ ਕਹਿੰਦੇ ਹੋ ਜਿੱਥੇ ਆਪਣੀ ਅਨੰਦਪੁਰ ਸਾਹਿਬ ਦੇ ਕਿਲ੍ਹਿਆਂ ਦੀ ਗੱਲ ਕਰਦੇ ਹੋ, ਜਿੱਥੇ ਗੁਰੂ ਗੋਬਿੰਦ ਸਿੰਘ ਨੇ ਆਪਣਾ ਘਰ ਬਣਾਇਆ ਸੀ, ਕਿਹੜਾ ਘਰ? ਉੱਥੇ ਵੀ ਗੁਰਦੁਆਰਾ। ਤਾਂ ਇਹ ਹੁੰਦੀਆਂ ਨੇ ਚਾਲਾਂ ਕਿਸੇ ਇਤਿਹਾਸ ਨੂੰ ਖਤਮ ਕਰਨ ਦੀਆਂ। ਇੱਕ ਜਰਮਨ ਦੀ ਇੱਕ ਲੇਖਕ ਆ, ਉਹਨੇ ਲਿਖਿਆ ਪੰਜਾਬ ਆਈ, ਉਹ ਉਹਨੇ ਪੰਜਾਬ ਦਾ ਸਰਵੇ ਕੀਤਾ, ਤਾਂ ਉਹ ਕਿਤਾਬ ਲਿਖਦੀ ਹੈ, ਕਹਿੰਦੀ ਸਾਡੇ ਕੋਲ ਹਜ਼ਾਰਾਂ ਸਾਲ ਪੁਰਾਣਾ ਇਤਿਹਾਸ ਸਾਂਭਿਆ ਪਿਆ, ਜੇ ਇੱਕ ਸੂਈ ਵੀ ਆ ਉਸ ਸਮੇਂ ਦੀ ਉਹ ਵੀ ਸਾਂਭੀ ਪਈ ਹੈ, ਅਤੇ ਤੁਹਾਡੇ ਕੋਲੋਂ 500 ਸਾਲ ਪੁਰਾਣਾ ਨਹੀਂ ਸਾਂਭਿਆ ਗਿਆ, ਤੁਸੀਂ ਉਹੀ ਖਤਮ ਕਰਤਾ ਆਪਣਾ। ਇਹ ਨੇ ਸਾਜ਼ਿਸ਼ਾਂ ਜਿਹੜੀਆਂ ਨਿੱਤ ਸਾਡੇ ਨਾਲ ਚੱਲੀਆਂ ਜਾ ਰਹੀਆਂ ਨੇ। ਬਠਿੰਡੇ ਦੇ ਵਿੱਚ ਸਾਡੇ ਝੀਲਾਂ, ਜਿੱਦਾਂ ਕਿ ਗਏ ਹੋਵੋਗੇ, ਝੀਲਾਂ ਪੈਂਦੀਆਂ ਨੇ ਬਠਿੰਡੇ, ਤਾਂ ਝੀਲਾਂ ਦੇ ਕੋਲ ਇੱਕ ਚੌਂਕ ਸੀ, ਹੁਣ ਵੀ ਹੈਗਾ ਚੌਂਕ, ਚੌਂਕ ਦੇ ਉੱਤੇ ਭਾਈ ਘਨੱਈਏ ਦਾ ਲੱਗਿਆ ਹੋਇਆ ਸੀਗਾ ਬੁੱਤ, ਉਹ ਪਾਣੀ ਪਿਆ ਰਹੇ ਨੇ ਜੰਗ ਦੇ ਵਿੱਚ, ਇਹਨਾਂ ਨੇ ਉਹ ਢਾ ਕੇ ਬੁੱਤ ਨੂੰ ਖਤਮ ਕਰਤਾ ਉੱਥੋਂ, ਅਤੇ ਉੱਥੇ ਇੱਕ ਜਹਾਜ਼ ਲਾਤਾ ਜਿਹੜਾ ਜੰਗੀ ਜਹਾਜ਼ ਹੈ। ਹੁਣ ਤੁਸੀਂ ਦੇਖੋ, ਜਿਹੜਾ ਮੈਂ ਕਹਿੰਦਾ ਆਪਣੇ ਆਪ ਇੱਕ ਮਿਸਾਲ ਹੈ ਦੁਨੀਆ ਦੇ ਵਿੱਚ, ਕਿ ਜਿਹੜਾ ਭਾਈ ਘਨੱਈਆ ਜੀ ਜਿਹਨੇ ਜੰਗ ਦੇ ਵਿੱਚ ਦੁਸ਼ਮਣਾਂ ਨੂੰ ਵੀ ਪਾਣੀ ਪਿਆਇਆ, ਮੱਲਮ ਪੱਟੀ ਕੀਤੀ, ਦੁਨੀਆ ਦਾ ਕਿੰਨੀਆਂ ਜੰਗਾਂ ਯੁੱਧ ਹੋਏ ਨੇ, ਇਹੋ ਜਿਹੀ ਮਿਸਾਲ ਸਾਨੂੰ ਨਹੀਂ ਮਿਲਣੀ। ਉਹ ਚੀਜ਼ਾਂ ਸਾਡੇ ਜੋ ਖਤਮ ਕੀਤੀਆਂ ਜਾ ਰਹੀਆਂ, ਜਹਾਜ਼ ਲਾਤਾ ਉੱਥੇ, ਕੋਈ ਲੋਕਾਂ ਨੂੰ ਪਤਾ ਨਹੀਂ, ਕੋਈ ਸਾਡੇ ਕੰਨ ਦੇ ਜੂ ਨਹੀਂ ਸਰਕਦੀ, ਚੁੱਪ ਬੈਠੇ ਹਾਂ, ਸਾਨੂੰ ਪਤਾ ਹੀ ਨਹੀਂ ਯਾਰ ਸਾਡੇ ਨਾਲ ਕੀ ਹੋ ਰਿਹਾ। ਸਭ ਤੋਂ ਵੱਡੇ ਦੁਖਾਂਤ ਦੀ ਗੱਲ ਇਹ ਆ, ਜਿਹੜਾ ਬੰਦਾ ਪੜ੍ਹਦਾ, ਜਿਹੜਾ ਬੰਦਾ ਸਾਹਿਤ ਪੜ੍ਹਦਾ, ਇਤਿਹਾਸ ਪੜ੍ਹਦਾ, ਜਾਣਕਾਰੀ ਰੱਖਦਾ ਇਹਨਾਂ ਗੱਲਾਂ ਬਾਰੇ, ਉਹਨੂੰ ਦੁੱਖ ਹੁੰਦਾ ਕਿ ਸਾਡੀ ਜਵਾਨੀ ਜਾ ਕਿੱਧਰ ਨੂੰ ਰਹੀ ਆ। ਸੋ ਮੇਰਾ ਵੀਰ ਇਹੀ ਮੈਂ ਬੇਨਤੀ ਕਰੂੰਗਾ ਕਿ ਘੱਟੋ ਘੱਟ ਮਾੜੀਆਂ ਮੋਟੀਆਂ ਕਿਤਾਬਾਂ ਦਾ ਵੀ ਮੱਥਾ ਮਾਰ ਲਿਆ ਕਰੋ, ਪਰ ਕਈ ਵਾਰੀ ਹੁਣ ਕਿਤਾਬਾਂ 'ਤੇ ਗੱਲ ਆ ਜਾਂਦੀ ਹੈ, ਜਿਹੜਾ ਮੇਰੇ ਵਰਗਾ 4 ਕਿਤਾਬਾਂ ਵੱਧ ਪੜ੍ਹ ਲੈਂਦਾ ਉਹਨੂੰ ਐਂ ਲੱਗਣ ਲੈਂਦਾ ਦੁਨੀਆ ਦਾ ਮੈਂ ਬਹੁਤ ਵੱਡਾ ਸਿਆਣਾ ਬੰਦਾ। ਇਹ ਵੀ ਬਿਮਾਰੀ ਆ, ਜਿਹੜਾ ਬੰਦਾ 4 ਕਿਤਾਬਾਂ ਪੜ੍ਹ ਲਏ ਉਹਨੂੰ ਇਹ ਲੱਗਦਾ ਹੁੰਦਾ ਕਿ ਮੈਂ ਜੋ ਗੱਲ ਕਹਿਤੀ ਉਹੀ ਸਹੀ ਹੈ, ਉਹੀ ਪ੍ਰਮਾਣ ਹੈ, ਉਹੀ ਸਬੂਤ ਹੈ, ਉਹੀ ਸੱਚ ਹੈ। ਜੋ ਕੀ ਹੋ ਰਿਹਾ ਅੱਜ, ਹਰ ਇੱਕ ਬੰਦਾ ਜਿਹੜਾ ਕੋਈ ਪ੍ਰਚਾਰਕ ਉੱਠਦਾ, ਹਰ ਇੱਕ ਬੰਦਾ ਆਪਣੇ ਹਿਸਾਬ ਦੇ ਨਾਲ ਸਾਡੇ ਗ੍ਰੰਥਾਂ ਦੀ ਵਿਆਖਿਆ ਕਰਨ ਲੱਗ ਗਿਆ। ਇਹ ਵੀ ਬਹੁਤ ਗਲਤ ਰੁਝਾਨ ਆ, ਕਿਉਂਕਿ ਇਹ ਸਾਡੇ ਦੁਬਧਾ ਪੈਦਾ ਕੀਤੀ ਜਾ ਰਹੀ ਹੈ। ਅਸੀਂ ਤਾਂ ਪਹਿਲਾਂ ਹੀ ਵੰਡੇ ਪਏ ਹਾਂ, ਇਹਦਾ ਖੇਰੂ ਤਾਂ ਪਹਿਲਾਂ ਹੀ ਹੈ। ਇੱਥੇ ਇੱਕ ਹੋਰ ਸਾਡੇ 'ਚ ਜਿਹੜੀ ਦੁਬਧਾ ਪੈਦਾ ਕੀਤੀ ਜਾ ਰਹੀ ਹੈ, ਇਹ ਉਹਨਾਂ
ਪ੍ਰਚਾਰਕਾਂ ਵੱਲੋਂ ਪੈਦਾ ਕੀਤੀ ਜਾ ਰਹੀ ਹੈ। ਕਿਉਂ ਕੀਤੀ ਜਾ ਰਹੀ ਹੈ, ਸਮਝੋ ਇਸ ਕਾਰਨ ਨੂੰ। ਹਰ ਬੰਦੇ ਦੀ ਇੱਕ ਸੋਚ ਹੁੰਦੀ ਹੈ ਕਿ ਜੇ ਆਹ ਬੰਦਾ ਧਾਰਮਿਕ ਗ੍ਰੰਥ ਦੇ ਉੱਤੇ, ਕਿਸੇ ਕਿਤਾਬ ਦੇ ਉੱਤੇ ਜਾਂ ਕਿਸੇ ਵਿਸ਼ੇ ਦੇ ਉੱਤੇ ਆਹ ਬੋਲਿਆ ਤਾਂ ਮੈਂ ਇਹਦੀ ਕਾਟ ਕਰਕੇ ਆਹ ਬੋਲਦਿਆਂ ਤਾਂ ਲੋਕ ਮੈਨੂੰ ਵੀ ਸੁਣਨਗੇ। ਉਹ ਜਿਹੜੀ ਦੌੜ, ਇੱਕ ਮਸ਼ਹੂਰ ਹੋਣ ਵਾਲੀ ਦੌੜ ਰੱਖ ਲਓ, ਇੱਕ ਉਹ ਸੋਸ਼ਲ ਮੀਡੀਆ 'ਤੇ ਵਿਊ ਲੈਣ ਵਾਲੀ ਦੌੜ ਰੱਖ ਲਓ, ਉਹ ਵੀ ਬਹੁਤ ਖਤਰਨਾਕ ਸਾਡੇ ਪੰਜਾਬ ਦੇ ਵਿੱਚ ਸ਼ੁਰੂ ਹੋ ਗਈ ਆ। ਉਹਨਾਂ ਤੋਂ ਹੀ ਬਚਣ ਦੀ ਲੋੜ ਹੈਗੀ ਆ। ਮੈਂ ਕਹਿੰਦਾ ਜੇ ਤੁਸੀਂ ਆਪ ਗ੍ਰੰਥ ਸਾਹਿਬ ਨੂੰ ਪੜ੍ਹੋਗੇ, ਆਪ ਇਹਨੂੰ ਖੋਜੋਗੇ, ਤਾਂ ਲੋੜ ਨਹੀਂ ਰਹਿਣੀ ਸਾਨੂੰ ਕਿਸੇ ਅਜੇ ਪ੍ਰਚਾਰਕਾਂ ਦੀ, ਜਿਹੜੀ ਅੱਜ ਕੌਮ ਨੂੰ ਦੋ ਰਾਹ। ਤੁਸੀਂ ਮੇਰਾ ਕਹਿਣ ਦਾ ਭਾਵ ਸਮਝ ਗਏ ਮੈਂ ਕੀ ਕਹਿਣਾ ਚਾਹੁੰਦਾ, ਤੁਸੀਂ ਇਹ ਵੀ ਸਮਝ ਗਏ ਹੋ ਮੈਂ ਕਿਹਦੇ ਬਾਰੇ ਕਹਿਣਾ ਚਾਹੁੰਦਾ। ਸੋ ਮੇਰਾ ਕਹਿਣ ਦਾ ਭਾਵ ਆ ਕਿ ਇਹ ਬੰਦਿਆਂ ਤੋਂ ਵੀ ਆ ਸਾਨੂੰ ਬਚਣ ਦੀ ਲੋੜ ਆ। ਪਰ ਅਸੀਂ, ਮੈਂ ਦੇਖਿਆ ਲੋਕਾਂ ਦਾ, ਮੈਂ ਹਿਸਾਬ ਕਿਤਾਬ ਲਾ ਲਿਆ, ਐਦਾਂ ਤੁਸੀਂ ਮੇਰੀਆਂ ਗੱਲਾਂ ਸੁਣੀ ਜਾਂਦੇ ਹੋ। ਤੁਸੀਂ ਇਹ ਨਹੀਂ ਦੇਖਣਾ ਵੀ ਇਹ ਸਹੀ ਬੋਲ ਕੇ ਗਿਆ, ਇਹ ਗਲਤ ਬੋਲ ਕੇ ਗਿਆ। ਹਾਂ ਹਾਂ ਯਾਰ, ਬਹੁਤ ਘੈਂਟ ਬੋਲਿਆ, ਬਹੁਤ ਜਾਣਕਾਰੀ ਹੈ ਇਹਨੂੰ, ਇਹੀ ਬੰਦਾ ਸਿਰ ਹੈ, ਬਸ ਇਹੀ ਐਂਡ ਹੈ ਆਪਣਾ, ਸਾਡਾ ਅਸੀਂ ਕੁਛ ਨਹੀਂ ਵਰਤਣਾ। ਯਾਰ ਐਡਾ ਸਾਨੂੰ ਦਿਮਾਗ ਦਿੱਤਾ, ਦਿਲ ਦਿੱਤਾ, ਸਰੀਰ ਦਿੱਤਾ, ਸੋਚਣ ਲਈ ਸਾਰਾ ਕੁਛ ਦਿੱਤਾ, ਅਸੀਂ ਆਪਣਾ ਕਿਉਂ ਨਹੀਂ ਸੋਚਦੇ ਯਾਰ ਕਿ ਜਿਹੜਾ ਬੰਦਾ ਬੋਲ ਰਿਹਾ ਇਹਦੀ ਮਾਨਸਿਕਤਾ ਕੀ ਹੈ, ਇਹਦੀ ਸੋਚ ਕੀ ਹੈ, ਇਹਦਾ ਇਹਦਾ ਪਿੱਛੇ ਕੀ ਕਾਰਨ ਨੇ, ਇਹਦਾ ਕੋਈ ਆਪਦਾ ਇਲਾਜ ਤਾਂ ਨਹੀਂ ਆ। ਸਾਡੇ 'ਚ ਇਹ ਬਹੁਤ ਵੱਡੀ ਬਿਮਾਰੀ ਹੈ ਕਿ ਅਸੀਂ ਅੱਖਾਂ ਮੀਚ ਕੇ, ਦਿਮਾਗ ਬੰਦ ਕਰਕੇ, ਅੱਖਾਂ ਬੰਦ ਕਰਕੇ, ਕੰਨ ਬੰਦ ਕਰਕੇ ਜਿਹੜਾ ਬੰਦਾ ਬੋਲਦਾ ਉਹਦੇ ਮਗਰ ਲੱਗ ਜਾਂਦੇ ਹਾਂ। ਉਹਦੇ ਅੰਨੇ ਭਗਤ ਮੈਂ ਕਹਿੰਦਾ ਹੁੰਦਾ, ਅੰਨੇ ਭਗਤ ਜਦੋਂ ਅਸੀਂ ਬਣਦੇ ਹਾਂ ਤਾਂ ਫਿਰ ਉਹਨੇ ਸ਼ਰਧਾਲੂਆਂ ਦਾ ਹਾਲ ਇਹੀ ਹੁੰਦਾ, ਜਦੋਂ ਉਹਦੇ ਖਿਲਾਫ ਉਹਦੀ ਕਿਸੇ ਵੀ ਗੱਲ ਨੂੰ ਕੋਈ ਬੰਦਾ ਕੱਟਦਾ ਤਾਂ ਫਿਰ ਉਹਨੂੰ ਅਸੀਂ ਗਾਲਾਂ ਕੱਢਣੀਆਂ ਸ਼ੁਰੂ ਕਰਦੇ ਹਾਂ, ਤੂੰ ਇਹਨੂੰ ਕਿਵੇਂ ਕਿਹਾ, ਇਹ ਤਾਂ ਗਲਤ ਹੋ ਹੀ ਨਹੀਂ ਸਕਦਾ। ਇੱਥੇ ਸੱਚ ਕੁਛ ਵੀ ਨਹੀਂ ਹੈਗਾ, ਇਹ ਭੁਲੇਖੇ 'ਚ ਨਾ ਰਹੋ। ਹਰ ਬੰਦੇ ਦਾ ਕੋਈ ਨਾ ਕੋਈ ਮਕਸਦ ਹੈ, ਕੋਈ ਨਾ ਕੋਈ ਨਿਸ਼ਾਨਾ, ਕੋਈ ਨਾ ਕੋਈ ਟਾਰਗੇਟ ਹੁੰਦਾ ਜੋ ਲੋਕਾਂ 'ਚ ਜਾਂਦਾ। ਅਸੀਂ ਬਹੁਤ ਛੇਤੀ ਯਕੀਨ ਕਰਦੇ ਹਾਂ, ਵਿਸ਼ਵਾਸ ਕਰਨ ਵਾਲੇ ਲੋਕ ਹਾਂ, ਬਹੁਤ ਛੇਤੀ ਅਸੀਂ ਮਗਰ ਲੱਗਣ ਵਾਲੇ ਲੋਕ ਹਾਂ। ਇਸ ਮੈਂ ਤੁਹਾਨੂੰ ਤਾਂ ਗੱਲ ਖਾਸ ਕਰਕੇ ਕਹੀ ਆ, ਅੱਜ ਮੈਂ ਲੱਖ ਬੋਲ ਜਾਂ ਤੁਸੀਂ ਯਕੀਨ ਨਹੀਂ ਕਰਨਾ। ਤੁਹਾਨੂੰ ਕੀ ਪਤਾ ਮੇਰਾ ਕੀ ਇਰਾਦਾ, ਪਤਾ ਤੁਸੀਂ ਮੇਰੇ ਦਿਲ 'ਚ ਥੋੜ੍ਹੀ ਵੜ ਕੇ ਦੇਖਿਆ, ਤੁਸੀਂ ਮੇਰੇ ਦਿਮਾਗ ਨੂੰ ਥੋੜ੍ਹੀ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਫਿਰ ਕਹਿੰਦਾ, ਜਿਹੜਾ ਬੰਦਾ ਚਾਰ ਕਿਤਾਬਾਂ ਪੜ੍ਹਦਾ ਉਹ ਸ਼ਬਦਾਂ ਦਾ ਵੀ ਜਾਦੂਗਰ ਹੁੰਦਾ, ਸ਼ਬਦਕ ਜਾਲ ਪਾਉਣਾ। ਜਿਹੜੇ ਬੰਦੇ ਨੂੰ ਚਾਰ ਕਿਤਾਬਾਂ ਪੜ੍ਹੀਆਂ ਉਹਨੇ ਸ਼ਬਦਾਂ ਦੀ ਤੁੱਕ ਨਾ ਤੁੱਕ ਜੋੜ ਦੇਣੀ ਹੈ, ਸ਼ਬਦਾਂ ਨਾਲ ਲੋਕਾਂ ਨੂੰ ਗੁੰਮਰਾਹ ਕਰ ਦੇਣਾ। ਮੈਂ ਬਥੇਰੇ ਲੀਡਰਾਂ ਨਾਲ ਵੀ ਰਿਹਾ, ਐਸੇ ਐਸੇ ਲੀਡਰ ਮੈਂ ਦੇਖੇ ਜਿਹੜੇ ਲੋਕਾਂ ਨੂੰ ਰੋਣ ਲਾ ਆਉਂਦੇ ਸੀ, ਸਟੇਜ 'ਤੇ ਖੜ੍ਹੇ ਤਾਂ ਲੋਕਾਂ ਦੇ ਅੱਖਾਂ 'ਚ ਅੱਥਰੂ ਟੱਪ ਟੱਪ ਚਾਉਂਦੇ ਸੀ। ਲੋਕਾਂ ਨੂੰ ਲੱਗਦਾ ਸੀ ਯਾਰ ਵੀ ਆਹ ਹਾ, ਇਹ ਤਾਂ ਸਾਰਾ ਦਰਦ ਪੰਜਾਬ ਦਾ ਇਹੀ ਚੱਕੀ ਫਿਰਦਾ। ਪਰ ਜਦੋਂ ਉਹਨਾਂ ਲੋਕਾਂ ਦਾ ਮੌਕਾ ਮਿਲਿਆ, ਉਹਨਾਂ ਨੂੰ ਦਾਅ ਲੱਗਿਆ, ਉਹਨਾਂ ਦਾ ਖੇਡ ਕੇ ਲੋਕਾਂ 'ਤੇ ਗੇਮ ਆਪਦੀ ਪਾ ਕੇ ਅਤੇ ਝੱਟ ਆਪਦਾ ਫਾਇਦਾ ਲੈ ਗਏ ਲੋਕ ਉੱਥੇ ਦੇ ਉੱਥੇ। ਇਸ ਲਈ ਮੈਂ ਕਹਿੰਦਾ ਛੇਤੀ ਕੀਤੇ, ਛੇਤੀ ਕੀਤੇ ਕਿਸੇ 'ਤੇ ਯਕੀਨ ਨਾ ਕਰਿਆ ਕਰੋ। ਸੋ ਧੰਨਵਾਦ ਮੈਂ ਮੇਰੇ ਵੀਰ ਜਿਹੜੇ ਅੰਬੇਦਕਰ ਬਾਬਾ ਸਾਹਿਬ, ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ। ਅੱਜ ਉਹਨਾਂ ਨੇ ਸੰਵਿਧਾਨ ਦੀ ਲੜਾਈ, ਅੱਜ ਪੂਰਾ ਮੁਲਕ ਲੜ ਰਿਹਾ, ਪਰ ਉਸ ਸੰਵਿਧਾਨ ਨੂੰ ਬਦਲਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਅਤੇ ਉਹ ਅਸੀਂ ਬਦਲ ਨਹੀਂ ਦੇਣਾ ਕਿਸੇ ਵੀ ਤਰੀਕੇ ਦੇ ਨਾਲ। ਕੋਸ਼ਿਸ਼ਾਂ ਇਹਨਾਂ ਦੀਆਂ ਲਗਾਤਾਰ ਜਾਰੀ ਨੇ।
ਤੇ ਇਹ ਇਹ ਦੇਖੋ ਇਹ ਸਾਮ ਦਾਮ ਦੰਡ ਭੇਦ ਸਾਰੇ ਸਾਰੇ ਤਰੀਕੇ ਇਹਨਾਂ ਕੋਲ। ਇਹ ਨਾ ਸੋਚਿਆ ਕਰੋ ਕਿ ਅੱਜ ਆਪਾਂ ਸੋਚ ਲਈਏ ਝਾਰਖੰਡ ਦੇ ਵਿੱਚ ਮੋਦੀ ਹਰ ਗਿਆ ਜਾਂ ਬੈਕਅਪ ਕਰ ਗਿਆ ਜਾਂ ਪਿੱਛੇ ਹਟ ਕੇ, ਨਹੀਂ। ਜੇ ਇੱਕ ਵਾਰੀ ਪਿੱਛੇ ਹਟਣਗੇ ਤਾਂ ਉਦੋਂ ਕਈ ਗੁਣਾ ਤਾਕਤ ਦੇ ਨਾਲ ਦੁਬਾਰੇ ਹਮਲਾ ਕਰਨਗੇ। ਇਹ ਇਹ ਸੋਚਣ ਦੀ ਲੋੜ ਆ। ਇੱਕ ਹੋਰ ਤੁਹਾਨੂੰ ਮੈਂ ਦੱਸ ਦਿੰਦਾ ਗੱਲ ਅਖੀਰ ਦੇ ਉੱਤੇ ਜਾਂਦਾ ਜਾਂਦਾ, ਕਿ ਉਹੀ ਗੱਲ ਮੈਂ ਇਸ ਗੱਲ ਨਾਲ ਜੁੜੀ ਹੋਈ ਗੱਲ ਕਿਉਂ ਕਹਿ ਰਿਹਾ, ਬਾਰ ਬਾਰ ਮੈਂ ਕਿਉਂ ਇਸ ਗੱਲ 'ਤੇ ਜ਼ੋਰ ਦੇ ਰਿਹਾ। ਕਈ ਵਾਰੀ ਸਾਨੂੰ ਪੱਟਣ ਦੇ ਲਈ, ਇਹਨਾਂ ਨੂੰ ਪਤਾ ਵੀ ਇਹਨਾਂ ਲੋਕਾਂ ਨੂੰ ਪੱਟਣਾ ਬਹੁਤ ਆਸਾਨ ਆ, ਸਾਡੇ ਨਾਲ ਹੇਜ ਦੀਆਂ ਗੱਲਾਂ, ਪਿਆਰ ਦੀਆਂ ਗੱਲਾਂ, ਸਾਡੇ ਸਿਧਾਂਤਾਂ ਦੀਆਂ ਗੱਲਾਂ, ਸਾਡੇ ਦਿਲ ਲੱਗਦੀ ਗੱਲ ਕਰਦੇ ਨੇ। ਲੋਕਾਂ ਨੂੰ ਲੱਗਣ ਲੱਗ ਜਾਂਦਾ ਵੀ ਇਹ ਸਾਡਾ ਹੀ ਹੈ, ਇਹ ਸਾਡਾ ਹੀ ਹੈ, ਪਰ ਉਹ ਸਾਡੇ ਨਹੀਂ ਆ, ਉਹ ਸਾਡੇ ਨਹੀਂ ਆ। ਕਿਸੇ ਸਮੇਂ ਮੁਗਲਾਂ ਬਾਰੇ ਕਿਹਾ ਜਾਂਦਾ ਸੀ, ਪੁਰਾਣੇ ਬਜ਼ੁਰਗਾਂ ਤੋਂ ਸੁਣਦੇ ਆਏ ਹਾਂ, ਕਹਾਵਤ ਬਣੀ ਹੈ, ਸੱਚੀ ਹੈ ਝੂਠੀ ਹੈ ਪਤਾ ਨਹੀਂ ਹੈ, ਕਹਿੰਦਾ ਜੇ ਇੱਕ ਬਾਂਹ ਤੇਲ ਨਾਲ ਲਬੇੜ ਕੇ ਤਲਾਂ 'ਚ ਦੇ ਦਿਓ, ਜਿੰਨੇ ਤਿਲ ਉਹਨੂੰ ਲੱਗਣਗੇ, ਜੇ ਉਨੀਆਂ ਕਸਮਾਂ ਵੀ ਉਹ ਖਾਣ ਦਾ ਯਕੀਨ ਨਾ ਕਰਿਓ। ਅਤੇ ਮੈਂ ਅੱਜ ਕਹਿ ਕੇ ਜਾਂਦਾ ਕਿ ਜੇ ਇਹ ਪੂਰੇ ਤੇਲ 'ਚ ਨਹਾ ਕੇ ਤਿਲਾਂ 'ਚ ਲਿਬੜ ਕੇ ਬਾਹਰ ਆ ਜਾਣਗੇ, ਜੇ ਇੰਨੀਆਂ ਕਸਮਾਂ ਵੀ ਖਾਣ, ਤੁਹਾਡੇ ਨਾਲ ਪਿਆਰ ਦਿਖਾਉਣ ਦੀ ਕੋਸ਼ਿਸ਼ ਕਰਨ, ਹੇਜ ਪਾਉਣ ਦੀ ਕੋਸ਼ਿਸ਼ ਕਰਨ, ਯਕੀਨ ਨਹੀਂ ਭਰਾਵੋ ਕਰਨਾ, ਯਕੀਨ ਨਹੀਂ ਕਰਨਾ, ਇਹ ਯਕੀਨ ਦੇ ਲਾਇਕ ਹੀ ਨਹੀਂ ਹੈਗੇ, ਇਹ ਯਕੀਨ ਦੇ ਲਾਇਕ ਨਹੀਂ, ਕਿਉਂਕਿ ਇਹਨਾਂ ਦੀ ਚਾਲ ਬੜੀ ਖਤਰਨਾਕ ਹੈ। ਮੈਂ ਬਹੁਤ ਡੂੰਘਾਈ ਨਾਲ ਇਹਨਾਂ ਦੇ ਵਿੱਚ ਰਿਹਾ, ਮੈਂ ਤਾਂ ਸਮਝਦਾ, ਜਿਹੜੀ ਸਾਨੂੰ ਉਦੋਂ ਸਮਝ ਪੈਂਦੀ ਹੈ ਜਦੋਂ ਸਾਡਾ ਘੋਗਾ ਚਿੱਤ ਕਰ ਦਿੰਦੇ ਨੇ। ਸਾਨੂੰ ਬਾਹਲੀਆਂ ਗੱਲਾਂ ਅੱਜ ਵੀ ਨਹੀਂ ਪਤਾ ਲੱਗ ਰਹੀਆਂ ਕਿ ਸਾਡਾ ਕਿਵੇਂ ਖਾਤਮਾ ਕੀਤਾ ਜਾ ਰਿਹਾ, ਕਿੰਨਾ ਕਿੰਨਾ ਗੱਲਾਂ ਤੋਂ ਖਾਤਮਾ ਕੀਤਾ ਜਾ ਰਿਹਾ। ਇੱਕ ਮੈਂ ਤੁਹਾਨੂੰ ਉਦਾਹਰਣ ਦਿੱਤੀ, ਸਾਡੀਆਂ ਪੁਰਾਤਨ ਇਮਾਰਤਾਂ, ਸਾਡੇ ਉਹ ਸਾਰਾ ਕੁਛ ਖਤਮ ਕੀਤਾ ਇਹਨਾਂ ਨੇ, ਸਾਡੇ ਜਿਹੜੇ ਇਤਿਹਾਸਕ ਦਸਤਾਵੇਜ਼ ਨੇ, ਸਾਡੇ ਗ੍ਰੰਥ ਸਾਹਿਬ ਨੇ, ਉਹਨਾਂ 'ਚ ਗੜਬੜ ਹੋ ਰਹੀ ਹੈ। ਸਾਡੇ ਗੁਰੂ ਘਰਾਂ ਜਿਹਨਾਂ ਨੇ ਆਪਣੇ ਬੰਦੇ ਫਿੱਟ ਕਰਤੇ, ਸਾਡੀਆਂ ਯੂਨੀਵਰਸਿਟੀਆਂ, ਸਾਡੇ ਕਾਲਜਾਂ 'ਚ ਆਪਣੇ ਬੰਦੇ ਫਿੱਟ ਕਰਤੇ, ਅੱਜ ਹਰ ਕੋਰਟ ਦਾ ਜੱਜ ਇਹਨਾਂ ਦਾ ਆਪਣਾ, ਹਰ ਜ਼ਿਲ੍ਹੇ ਦਾ ਡੀਸੀ ਇਹਨਾਂ ਦਾ ਆਪਣਾ। ਉੱਥੇ ਗੱਲ ਆ ਗਈ ਗੁਰਿੰਦਰ ਸਿੰਘ ਵਾਲੀ ਕਿ ਜੇ ਪੜ੍ਹ ਲਿਖ ਕੇ ਇਹਨਾਂ ਦੇ ਬਰਾਬਰ ਬੈਠੋਗੇ ਨਾ, ਤੁਸੀਂ ਵੀ ਡੀਸੀ ਲੱਗੋਗੇ, ਤੁਸੀਂ ਵੀ ਕਮਿਸ਼ਨਰ ਹੋਵੋਗੇ, ਜੱਜ ਹੋਵੋਗੇ, ਫਿਰ ਗੱਲ ਬਣਨੀ ਆ, ਨਹੀਂ ਅਗਲਿਆਂ ਦੇ ਹੱਥ ਡੰਡਾ ਜਿਵੇਂ ਮਰਜ਼ੀ ਘੁਮਾਈ ਚੱਲੇ। ਸੋ ਮੇਰਾ ਵੀਰ ਕਦੇ ਵੀ ਭੁੱਲ ਕੇ ਇਸ ਗੱਲ ਨੂੰ ਗਲਤੀ ਨਾ ਕਰ ਬੈਠੋ। ਮੈਂ ਇੱਕ ਇੱਕ ਜਿਹੜਾ ਮੀਡੀਆ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਸਾਰਾ ਵਿਕਾਊ ਹੋ ਗਿਆ, ਗੋਦੀ ਮੀਡੀਆ ਜਿਹਨੂੰ ਕਿਹਾ ਜਾਂਦਾ, ਸਾਰਾ ਉਸ ਤਰ੍ਹਾਂ ਦਾ ਪ੍ਰੋਪੋਗੰਡਾ ਇਹਨਾਂ ਦੇ ਹੱਕ 'ਚ ਪ੍ਰਚਾਰ, ਉਹ ਵਿਚਾਰੇ ਜਿਹੜੇ ਲੋਕਾਂ ਨੂੰ ਪਤਾ ਹੀ ਨਹੀਂ ਸਮਝ ਨਹੀਂ, ਉਹ ਕਹਿੰਦੇ ਹਾਂ ਯਾਰ ਐਵੇਂ ਇੱਥੇ ਆ ਕੇ ਬੋਲੀ ਜਾਂਦੇ ਸਟੇਜ 'ਤੇ, ਮੀਡੀਆ ਤਾਂ ਐਂ ਕਹੀ ਜਾਂਦਾ, ਪੱਤਰਕਾਰ ਤਾਂ ਐਂ ਕਹੀ ਜਾਂਦੇ ਆ। ਪਰ ਕੁਛ ਜਾਗਦੀ ਜ਼ਮੀਰ ਵਾਲੇ ਬੰਦੇ ਹੈਗੇ ਨੇ, ਪੰਜ ਚਾਰ, ਰਵੀਸ਼ ਕੁਮਾਰ ਹੈ, ਵਿਸ਼ਾਲ ਸ਼ਰਮਾ, ਇੱਕ ਹੋਰ ਹੈ ਆਪਣਾ ਪ੍ਰਸ਼ਨ ਵਾਜਪਾਈ, ਇੱਕ ਹੋਰ ਦਾ ਮੈਂ ਨਾਂ ਭੁੱਲ ਗਿਆ, ਚਾਰ ਪੰਜ ਬੰਦੇ ਹੈਗੇ ਹੈ, ਇਹਨਾਂ ਨੂੰ ਫਾਲੋ ਕਰਿਆ ਕਰੋ, ਤੁਹਾਨੂੰ ਦੇਸ਼ ਦੀ ਅਸਲ ਤਸਵੀਰ ਦਿਖਾ ਦੇਣਗੇ ਕਿ ਅਸਲ ਕਹਾਣੀ ਦੇਸ਼ ਨੂੰ ਇਹ ਲਿਜਾਣਾ ਕਿੱਧਰ ਨੂੰ ਚਾਹੁੰਦੇ ਆ। ਉਹਨਾਂ ਦਾ ਇਰਾਦਾ ਪੂਰਾ ਸਾਫ਼ ਹੈ, 370 ਤੋੜੀ, ਖੁੱਲ੍ਹੀ ਜੇਲ੍ਹ ਬਣਿਆ ਹੋਇਆ ਕਸ਼ਮੀਰ, ਅੱਜ 5 ਮਹੀਨੇ ਹੋ ਗਏ, ਕਿੰਨੇ ਕੁ ਬੰਦੇ ਮਾਰੇ ਗਏ, ਕਿੰਨੇ ਕੁ ਉੱਥੋਂ ਖਪਾ ਦਿੱਤੇ ਗਏ, ਕਿਸੇ ਨੂੰ ਪਤਾ ਹੈ? ਆਪਣੇ ਕੋਲ ਕੋਈ ਖਬਰ ਆਈ? ਕੋਈ ਉੱਥੇ ਮੀਡੀਆ ਨਹੀਂ ਦਿਖਾ ਰਿਹਾ, ਕਿਸੇ ਬੰਦੇ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ? ਉਹ ਵੀ ਸਾਡੇ ਵਰਗ ਇਨਸਾਨ ਨੇ ਯਾਰ, ਇਸ ਦੇਸ਼ ਦੇ ਨਾਗਰਿਕ ਨੇ, ਅਤੇ ਅੱਜ ਅਸੀਂ ਕਿਸੇ ਲਈ ਨਾ ਬੋਲੇ ਤਾਂ ਸਾਡੇ ਲਈ ਕੱਲ੍ਹ ਨੂੰ ਕੌਣ ਬੋਲੂਗਾ? ਇਹੀ ਇਨਸਾਨੀਅਤ ਸਾਨੂੰ ਸਾਡਾ ਧਰਮ ਸਿਖਾਉਂਦਾ। ਸਭ ਤੋਂ ਇਹੀ ਵੱਡੀ ਗੱਲ ਹੈ ਕਿ ਸਾਡੇ ਧਰਮ ਦੇ ਵਿੱਚ ਕਿ ਜਾਤਾਂ ਪਾਤਾਂ ਮਜ਼ਹਬਾਂ ਧਰਮਾਂ ਤੋਂ ਉੱਪਰ ਉੱਠ ਕੇ ਸਭ ਤੋਂ ਪਹਿਲਾਂ ਅਸੀਂ ਸੋਚੀਏ ਕਿ ਇਨਸਾਨ ਹੈ, ਇਹ ਹਿੰਦੂ ਮੁਸਲਮਾਨ ਇਸਾਈ ਸਿੱਖ ਬੋਧੀ ਜੈਨੀ ਬਾਅਦ 'ਚ ਹੈ, ਫਿਰ ਅਸੀਂ ਕਾਮਯਾਬ ਹੋ ਸਕਦੇ ਹਾਂ। ਫਿਰ ਅਸੀਂ ਬਾਬੇ ਨਾਨਕ ਦਾ ਜੋ ਫਲਸਫਾ, ਜੋ ਸੋਚ ਹੈ, ਜੋ ਸਿਧਾਂਤ ਹੈ, ਉਹਨੂੰ ਦੁਨੀਆਂ 'ਚ ਲੈ ਕੇ ਜਾ ਸਕਦੇ ਹਾਂ। ਜਿੰਨਾ ਟਾਈਮ ਅਸੀਂ ਇਹ ਚੀਜ਼ਾਂ 'ਚ ਫਸੇ ਰਹੇ, ਜਾਤਾਂ 'ਚ, ਧਰਮਾਂ 'ਚ, ਮਜ਼ਹਬਾਂ 'ਚ, ਫਿਰ ਨਹੀਂ ਅਸੀਂ ਕੁਛ ਬਦਲ ਸਕਦੇ।
ਸੋ ਮੈਂ ਬਾਬਾ ਸਾਹਿਬ ਅੰਬੇਦਕਰ ਜਿੰਨੀ ਕਮੇਟੀ ਪਿੰਡ ਕੱਕੜ ਕਲਾਂ ਅਤੇ ਜਿੰਨੇ ਵੀ ਤੁਸੀਂ ਇੱਥੇ ਸੁਣਨ ਆਏ ਹੋ, ਮੇਰੀਆਂ ਮਾਤਾ ਭੈਣਾਂ ਬੈਠੀਆਂ ਨੇ, ਬਜ਼ੁਰਗ ਬੈਠੇ ਨੇ, ਬੱਚੇ ਬੈਠੇ ਆ, ਨੌਜਵਾਨ ਬੈਠੇ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਪਰ ਫਿਰ ਵਾਰ ਵਾਰ ਉਹੀ ਗੱਲ, ਇੱਧਰੋਂ ਪਾਈ ਇੱਧਰੋਂ ਕੱਢਤੀ, ਫਾਇਦਾ ਨਹੀਂ ਆਇਆ ਮੇਰਾ। ਮੈਂ ਉਹ ਦੋ ਦਿਨ ਹੋ ਗਏ ਸਰਹੰਦ ਰੁਕੇ ਹੋਏ ਹਾਂ, ਸਰਹੰਦ ਤੋਂ ਚੱਲ ਕੇ ਤੁਹਾਡੇ ਕੋਲ ਆਏ ਹਾਂ। ਇਹ ਵੀਰ ਵਿਚਾਰੇ ਕਾਫੀ ਚਿਰ ਦੇ ਮੇਰੇ ਨਾਲ ਸੰਪਰਕ 'ਚ ਨੇ, ਇਹ ਕਹਿੰਦੇ ਬਾਈ ਆਉਣਾ ਹੀ ਆਉਣਾ। ਮੈਂ ਯਾਰ ਕੋਈ ਗੱਲ ਨਹੀਂ, ਅਸੀਂ ਆਵਾਂਗੇ, ਅਸੀਂ ਗੱਲਾਂ ਸੁਣਾਉਣ ਆਉਣੀਆਂ ਨੇ। ਜਗਾਉਣ ਆਉਣਾ, ਚੌਂਕੀਦਾਰ ਦਾ ਕੰਮ ਹੁੰਦਾ ਹੋਕਾ ਦੇਣਾ। ਹੁਣ ਤੁਸੀਂ ਕਿੰਨੇ ਕੁ ਜਾਗਦੇ ਹੋ, ਮੇਰੀ ਕਿਹੜੀ ਗੱਲ 'ਤੇ ਅਮਲ ਕਰਦੇ ਹੋ? ਮੈਂ ਕਹਿੰਦਾ ਜੇ ਇੱਥੇ ਤੁਸੀਂ 5-4% ਦੇ ਪੱਲੇ ਗੱਲ ਪੈਗੀ, 5-4 ਨੌਜਵਾਨਾਂ ਦੇ ਪੱਲੇ ਗੱਲ ਪੈਗੀ, ਤਾਂ ਮੇਰਾ ਇੱਥੇ ਆਉਣਾ ਸਫਲ ਹੋਣਾ। ਜੇ ਗੱਲ ਹੀ ਨਾ ਪੱਲੇ ਪਈ, ਇੱਥੋਂ ਮੈਂ ਆਇਆ ਵੀ ਹਾਂ, ਤਾਂ ਫਿਰ ਮੇਰਾ ਕੋਈ ਫਾਇਦਾ ਨਹੀਂ। ਫਿਰ ਜਿਵੇਂ ਕੋਈ ਹੋਰ ਲੀਡਰ ਇੱਥੇ ਬੋਲ ਕੇ ਜਾਂਦੇ ਆ, ਉਹ ਆਮ ਤੌਰ 'ਤੇ ਆਪਣੀ ਆਦਤ ਜੀ ਬਣੀ ਹੋਈ ਆ ਵੀ ਚਲੋ ਯਾਰ ਸੁਣਨ ਚੱਲਦੇ ਹਾਂ, ਆਪਾਂ ਸੁਣਦੇ ਹਾਂ ਲੀਡਰਾਂ ਨੂੰ, ਸੁਣ ਕੇ ਘਰਾਂ ਨੂੰ ਤੁਰ ਜਾਂਦੇ ਹਾਂ। ਚੰਗਾ ਲੱਗਦਾ ਚੰਗਾ ਕਹਿ ਦਿੰਦੇ ਹਾਂ, ਮਾੜਾ ਲੱਗਦਾ ਮਾੜਾ ਕਹਿ ਦਿੰਦੇ ਹਾਂ। ਗੱਲ 'ਤੇ ਅਮਲਾਂ ਸਾਡਾ ਕੱਖ ਨਹੀਂ ਹੈਗੇ, ਅਮਲਾਂ ਬਿਨਾਂ ਭਰਾਵੋ ਇੱਥੇ ਨਿਬੇੜੇ ਨਹੀਂ ਹੋਣੇ। ਇਹ ਤਾਂ ਇੱਥੇ ਅਮਲਾਂ 'ਤੇ ਆ ਕੇ ਗੱਲ ਖੜਨੀ ਆ, ਅਤੇ ਲੜਾਈ ਸਾਨੂੰ ਲੜਨੀ ਪੈਣੀ ਆ, ਇਹ ਗੱਲ ਯਾਦ ਰੱਖਿਓ। ਅਗਲੀ ਲੜਾਈ ਲੜਨੀ ਪੈਣੀ ਆ, ਅਤੇ ਲੜਨਗੇ ਇਸ ਦੇਸ਼ ਦੇ, ਇਸ ਪੰਜਾਬ ਦੇ ਮੂਲ ਨਿਵਾਸੀ ਇਹ ਲੜਾਈ ਲੜਨਗੇ। ਅਤੇ ਇਹਦੇ ਲਈ ਤਿਆਰ ਕਿੰਨਾ ਕੁ ਰਹਿਣਾ, ਇਹ ਸਾਡੇ ਨਿਰਭਰ ਕਰਦਾ। ਆਪਣੇ ਆਪ ਨੂੰ ਉਨਾ ਕੁ ਮਜ਼ਬੂਤ ਰੱਖੀਏ ਵੀ ਕੱਲ੍ਹ ਨੂੰ ਕਿਸੇ ਲੜਾਈ 'ਚ ਕੁੱਦਣਾ ਪੈ ਗਿਆ, ਸੰਘਰਸ਼ 'ਚ ਕੁੱਦਣਾ ਪੈ ਗਿਆ, ਸੜਕਾਂ 'ਤੇ ਬੈਠਣਾ ਪੈ ਗਿਆ, ਬਾਹਰ ਨਿਕਲਣਾ ਪੈ ਗਿਆ, ਜੇਲ੍ਹਾਂ 'ਚ ਜਾਣਾ ਪੈ ਗਿਆ, ਤਿਆਰ ਰਹੋ। ਕੋਈ ਫਰਕ ਨਹੀਂ ਪੈਂਦਾ, ਮੈਂ ਹਰ ਸਟੇਜ 'ਤੇ ਕਹਿੰਦਾ ਕਦੋਂ ਜਾਂਦੇ ਹੋ, ਕਦੋਂ ਆਉਂਦੇ ਆ। ਜਿਹੜੀ ਤਹਿਰੀਕ ਹੈ, ਜਿਹੜਾ ਇਤਿਹਾਸ ਹੈ, ਇਹ ਨਹੀਂ ਲਿਖਦਾ ਕਿ ਤੁਸੀਂ ਕਦੋਂ ਆਏ ਕਦੋਂ ਗਏ। ਬਹੁਤ ਦੁਨੀਆ ਆਉਂਦੀ ਅਤੇ ਜਾਂਦੀ ਹੈ, ਇਤਿਹਾਸ ਉਹਨਾਂ ਨੂੰ ਲਿਖਦਾ ਜਿਹੜੇ ਆਪਣੇ ਜੀਵਨ 'ਚ ਕੁਛ ਨਿਵੇਕਲਾ ਕਰਕੇ ਜਾਂਦੇ ਆ, ਸਮਾਜ ਲਈ, ਆਪਣੀ ਕੌਮ ਲਈ ਇੱਥੇ ਮਰਦੇ ਨੇ, ਉਹ ਕਰਕੇ ਜਾਣਾ ਜ਼ਰੂਰੀ। ਅੱਜ ਹਰ, ਮੈਂ ਕਹਿੰਦਾ ਪੰਜਾਬੀ ਦਾ ਫਰਜ਼ ਬਣਦਾ, ਆਓ ਇਸ ਪੰਜਾਬ ਨੂੰ ਬਚਾਉਣ ਦੀ ਲੋੜ ਹੈ। ਲੜਾਈ ਬੰਦਾ ਉਦੋਂ ਲੜਦਾ ਜਦੋਂ ਉਹਨੂੰ ਸਮਝ ਪੈਂਦੀ ਹੈ, ਨਹੀਂ ਤਾਂ ਕਈ ਵਾਰੀ ਪਤਾ ਕੀ ਹੁੰਦਾ, ਮੰਨ ਲਓ ਮੇਰੇ ਮਗਰ ਤੁਰ ਪਿਆ ਉੱਠ ਕੇ ਹਜੂਮ ਵੀ ਆ ਜਾ ਬਾਈ ਤੇਰੇ ਨਾਲ ਆ, ਚੱਕ ਦਾਂਗੇ ਫੱਟੇ, ਮੂਹਰੇ ਮੈਨੂੰ ਕੁਛ ਹੋ ਗਿਆ, ਸਾਰਾ ਹਜੂਮ ਘਰਾਂ 'ਚ। ਉਹ ਨਹੀਂ ਬੰਦਾ ਲੜਾਈ ਲੜ ਸਕਦਾ, ਉਹਨੂੰ ਖੁਦ ਨੂੰ ਪਤਾ ਹੋਵੇ ਕਿ ਲੜਾਈ ਜਿਹੜੀ ਮੈਂ ਲੜਨ ਜਾ ਰਿਹਾ, ਇਹ ਮੇਰੀ ਸਮਝ ਕਿੰਨੀ ਕੁ ਇਸ ਲੜਾਈ ਪ੍ਰਤੀ। JNU ਦੀ ਮੈਂ ਗੱਲ ਕਰਦਾ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੀ ਮੈਂ ਗੱਲ ਕਰਨ ਲੱਗਿਆ ਤੁਹਾਡੇ ਨਾਲ, ਮੈਂ ਟਾਈਮ ਤਾਂ ਨਹੀਂ ਜ਼ਿਆਦਾ ਲੈ ਗਿਆ। ਮੈਂ ਇੱਕ ਗੱਲ ਦੇਖੀ ਕਿ ਇੱਥੇ ਸਾਡੀਆਂ ਯੂਨੀਵਰਸਿਟੀਆਂ, ਸਾਡੇ ਕਾਲਜ, ਸਾਡੇ ਹੋਰ ਅਦਾਰੇ ਨੇ ਜਿਹੜੇ, ਉੱਥੇ ਇੱਕ ਬੰਦਾ ਬੋਲਣ ਵਾਲਾ ਹੁੰਦਾ, ਜਾਂ 2 ਜਾਂ 5 ਜਾਂ 10 ਬੰਦੇ ਬੋਲਣ ਵਾਲੇ ਹੁੰਦੇ ਆ, ਬਾਕੀ ਸੁਣਨ ਵਾਲੇ ਹੁੰਦੇ ਆ, ਉਹਦੇ ਮਗਰ ਹੀ ਹੁੰਦੇ ਆ। JNU ਦੇ ਵਿੱਚ ਮੈਂ ਕਮਾਲ ਦੀ ਗੱਲ ਦੇਖੀ ਕਿ ਉੱਥੇ ਹਰ ਬੰਦਾ ਬੋਲਣ ਵਾਲਾ ਹੈ, ਹਰ ਬੰਦਾ ਬੁਲਾਰਾ ਹੈ, ਹਰ ਬੰਦਾ ਸਮਝ ਰੱਖਦਾ ਹੈ, ਹਰ ਨੌਜਵਾਨ ਮੁੰਡਾ ਕੁੜੀ ਇਸ ਗੱਲ ਦੀ ਸਮਝ ਰੱਖਦਾ ਹੈ। ਉਹ ਲੋਕ ਫਿਰ ਲੜਦੇ ਆ, ਉਹ ਐਵੇਂ ਨਹੀਂ ਇੰਨੇ ਸੜਕਾਂ ਦੇ ਨਿਕਲ ਕੇ ਆ ਗਏ ਬਾਹਰ। ਲੜਾਈ ਲੜਨਾ ਕਹਿੰਦਾ ਸਮੇਂ ਦੀ ਲੋੜ ਹੁੰਦਾ, ਲੜਾਈ ਲੜਨਾ ਸਮੇਂ ਦੀ ਲੋੜ ਹੁੰਦਾ, ਅਤੇ ਉਸ ਸਮੇਂ ਕਹਿੰਦੇ ਲੜਾਈ ਤੋਂ ਖਿਸਕਣਾ ਸਮਝ ਦੀ ਥੋੜ ਹੁੰਦਾ। ਜਿਹੜਾ ਬੰਦਾ ਉਸ ਸਮੇਂ ਲੜਾਈ ਤੋਂ ਭੱਜਦਾ, ਉਹ ਫਿਰ ਸਮਝ ਨਹੀਂ ਹੁੰਦੀ ਉਹ ਬੰਦੇ ਨੂੰ। ਸਮਝਣਾ ਪੈਣਾ ਪਹਿਲਾਂ ਕਿ ਸਾਡੇ ਨਾਲ ਲੜਾਈ, ਸਾਡੇ 'ਤੇ ਇਹ ਨਹੀਂ ਇਹਨਾਂ ਨੇ ਹਮਲਾ ਕੀ ਕਰਨਾ, ਇਹ ਨਹੀਂ ਸਾਨੂੰ ਹਥਿਆਰਾਂ ਨਾਲ ਮਾਰਨਾ, ਸਾਨੂੰ ਕੁੱਟਣਾ, ਸਾਨੂੰ ਜੇਲ੍ਹਾਂ ਸੁੱਟਣਾ, ਇਹਨਾਂ ਨੇ ਸਾਡੇ ਦਿਮਾਗਾਂ ਨੂੰ ਮਾਰ ਦੇਣਾ ਸਾਡਾ। ਤੁਸੀਂ ਦੇਖੋ, ਮੈਂ ਛੋਟੀ ਜਿਹੀ ਅਖੀਰ 'ਤੇ ਗੱਲ ਜੋੜਦਾ, ਅੱਜ
ਘਰ ਘਰ ਕੈਂਸਰ ਆ ਗਿਆ, ਕਾਲਾ ਪੀਲੀਆ ਆ ਗਿਆ, ਟੀਬੀ ਆ ਗਈ। ਹਰ ਬੰਦਾ ਜੰਮਦਾ ਜਵਾਕ ਬਿਮਾਰ ਹੈ, ਜੰਮਦੇ ਜਵਾਕ ਨੂੰ ਸ਼ੂਗਰ ਹੋ ਜਾਂਦਾ। ਇਹ ਕਿਉਂ ਆ ਗਿਆ? ਇਹ ਸੋਚੋ ਦੇ ਪਿੱਛੇ ਜਾਓ ਥੋੜ੍ਹਾ ਜਿਹਾ। 40 ਸਾਲ ਪਹਿਲਾਂ ਹਰੀ ਕ੍ਰਾਂਤੀ ਆਈ ਇਸ ਪੰਜਾਬ 'ਚ, ਲਿਆਂਦੀ ਗਈ। ਬਹੁਤ ਥੋੜ੍ਹੇ ਲੋਕਾਂ ਨੇ ਜਿਹਨਾਂ ਨੂੰ ਪਤਾ ਸੀ ਕਿ ਲੰਬੇ ਸਮੇਂ ਦੇ ਰਿਜ਼ਲਟ ਕੀ ਆਉਣ ਵਾਲੇ ਹੈ, ਰੌਲਾ ਪਾਇਆ ਕਿ ਉਹ ਬਚ ਜਿਓ, ਹਰੀ ਕ੍ਰਾਂਤੀ ਦੇ ਨਾਂ 'ਤੇ ਤੁਹਾਨੂੰ ਮਾਰਿਆ ਜਾਊਗਾ, ਤੁਹਾਡੇ ਨਾਲ ਆਹ ਹਾਲਾਤ ਹੋਣੇ ਆਉਣ ਵਾਲੇ 30-35 ਸਾਲਾਂ ਨੂੰ। ਸਾਡੇ ਲੋਕਾਂ ਨੂੰ ਲੱਗਿਆ ਕਿ ਸਾਡੀਆਂ ਫਸਲਾਂ ਦੁੱਗਣੀਆਂ ਚੌਗਣੀਆਂ ਹੋਣ ਲੱਗ ਗਈਆਂ, ਅਸੀਂ ਇਹ ਤਾਂ ਐਵੇਂ ਭਗਾਈ ਮਾਰਦੇ ਨੇ, ਇਹ ਤਾਂ ਐਵੇਂ। ਉਦੋਂ ਇਹ ਗੱਲਾਂ ਸਰਦਾਰਾ ਸਿੰਘ ਜੌਹਲ ਵਰਗਿਆਂ ਨੇ ਕਹੀਆਂ, ਜਦੋਂ 33-35 ਸਾਲ ਪਹਿਲਾਂ ਦੀ ਗੱਲ ਕਹੀ ਸੀ। ਅਤੇ ਉਹਦੇ 'ਚ ਕੀ ਹੋਇਆ, ਸਾਡੇ ਲੋਕਾਂ ਨੇ ਸਮਝਿਆ ਨਹੀਂ। ਪੂਰੀ ਦੁਨੀਆ ਦਾ ਪੈਸਟੀਸਾਈਡ, ਪੂਰੀ ਦੁਨੀਆ ਦੀਆਂ ਰੇਹ ਸਪਰੇ ਜਿਹੜੇ ਦੁਨੀਆ ਭਰ 'ਚ ਬੈਨ ਨੇ, ਪਾਬੰਦੀ ਹੈ, ਪੰਜਾਬ ਦੀ ਧਰਤੀ 'ਤੇ ਲਿਆ ਕੇ ਸਿੱਟੇ ਗਏ। ਹੁਣ ਤੁਸੀਂ, ਤੁਹਾਡਾ ਏਰੀਆ ਆਲੂਆਂ ਵਾਲਾ, ਇਹ ਤੁਸੀਂ ਦੇਖ ਲਓ ਆਲੂਆਂ 'ਚ ਕਿੰਨੀ ਜ਼ਹਿਰ ਹੈ, ਰੇਹ ਕਿੰਨਾ ਸਿੱਟਿਆ ਜਾ ਰਿਹਾ, ਕਿੰਨੀਆਂ ਸਪਰੇਹਾਂ ਆਪਾਂ ਝੋਨਿਆਂ ਸਿੱਟ ਦਿੰਦੇ ਹਾਂ, ਕਰ ਦਿੰਦੇ ਹਾਂ। ਉਹ ਜਿੰਨਾ ਜ਼ਹਿਰ ਸਿੱਟਿਆ ਗਿਆ, ਉਹ ਜ਼ਹਿਰ ਨੇ ਅੱਜ ਰੰਗ ਦਿਖਾਤਾ ਸਾਨੂੰ। ਨੌਜਵਾਨਾਂ 'ਤੇ ਜਵਾਨੀ ਆਉਂਦੀ ਨਹੀਂ ਹੈ, ਪਹਿਲਾਂ ਹੀ ਬੁਢਾਪਾ ਆ ਜਾਂਦਾ ਜਾਂ ਪਹਿਲੇ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ ਅਸੀਂ। ਅੱਗੇ ਬਜ਼ੁਰਗ 100-100 ਸਾਲ ਦੇ ਹੋ ਕੇ ਮਰਦੇ, ਹੁਣ 50-60 ਤੋਂ ਕੋਈ ਟੱਪਦਾ ਨਹੀਂ। ਅਟੈਕ ਹੋਈ ਜਾਂਦਾ ਨਰੇ ਦੁਨੀਆਂ ਨਾਲ, ਸਿਆਲ ਦੇ ਵਿੱਚ ਠੰਡ ਦੀ ਰੁੱਤਾਂ, ਪਤਾ ਨਹੀਂ ਕਿੰਨਾ ਕੁ ਅਟੈਕ ਨਾਲ ਮਰਨਗੇ ਲੋਕ। ਇਹ ਸਮੇਂ ਤੋਂ ਪਹਿਲਾਂ ਕਹੀਆਂ ਹੋਈਆਂ ਉਹ ਬੰਦਿਆਂ ਦੀਆਂ ਗੱਲਾਂ ਇਹ ਸੁਣੀਆਂ ਹੁੰਦੀਆਂ ਤਾਂ ਅੱਜ ਆਹ ਦਿਨ ਨਹੀਂ ਦੇਖਣੇ ਪੈਣੇ ਸੀ ਪੰਜਾਬ ਦੇ ਲੋਕਾਂ ਨੂੰ। ਸੋ ਭਰਾਵੋ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਮਲ ਕਰਿਓ। ਮੈਂ ਫਿਰ ਵਾਰ ਵਾਰ ਕਹਿਣਾ, ਅੱਜ ਦਾ ਫਾਇਦਾ ਮੇਰਾ ਵੀਰ ਤਾਂ ਹੀ ਹੈ ਜੇ ਅਮਲ ਕਰੋਗੇ, ਅਤੇ ਜੇ ਗੱਲ ਇੱਥੇ ਸੁਣ ਕੇ ਕੱਢਤੀਆਂ ਉਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸੰਵੀਰ ਲੱਖਾਂ ਸਧਾਰਨ ਜੀ।